ਐਪੀਸੋਡ ਤੇ ਫੋਨ ਲੈਣ ਦਿਓ। ਗਾਵੀ ਹੋ ਗਈ ਹੈ ਮੈਚ ਦੀ ਸ਼ੁਰੂਆਤ ਮੇਰਾ ਵੀਰ, ਬਹੁਤ ਚੋਟੀ ਦਾ ਮੁਕਾਬਲਾ ਸ਼ੁਰੂ ਹੋ ਚੁੱਕਿਆ। ਇੱਕ ਵਾਰੀ ਤਾੜੀ ਦਾ ਮਾਰ ਦੋ ਜ਼ੋਰਦਾਰ। ਸਾਡੇ ਪਿੰਡ ਦਾ ਰਿਵਾਜ ਬੜਾ ਮਾੜਾ। ਕੋਈ ਗੱਲ ਨੀ, ਕੋਈ ਗੱਲ ਨੀ ਨੀਰ ਜੀ ਵੀਰੇ, ਸਰਬਾਲਾ ਕਰੇਗਾ ਪੌੜੀ ਪੌੜੀ ਵੇ, ਹੱਥ ਵਿੱਚ ਕੁੱਕੜ ਵਾਂਗੂ ਫੜ ਕੇ ਤੇਰੀ ਧੌਣ ਮਰੋੜੀ ਵੇ। ਗੱਲਾਂ ਵੇ ਹੋਣ ਲੱਗਣੀਆਂ ਟਿਕਾਣੇ ਤਲਵੰਡੀ ਵਾਲਿਆ, ਪਹਿਲਾਂ ਨੰਬਰ ਕੌਣ ਜੋੜਦਾ ਕਰ ਖੇਲ ਜਾਂਦੇ ਸਾਹਮਣੇ। ਕਹਿੰਦੇ ਸੱਜਣ ਦਾ ਸ਼ਤੀਰ ਵਾਲੀ ਪਿੰਡਾ, ਸੱਜਣ ਦਾ ਕਹਿੰਦੇ ਸ਼ਤੀਰ ਵਾਲੀ ਪਿੰਡਾ ਤੇ ਨਾਲ ਨਾਲ ਕਾਲਾ ਚੀਮਾ ਹੱਤੀ ਚੀਮਾ, ਉਹ ਭਰਾ ਕਹਿੰਦਾ ਵੀ ਜੇ ਰਾਏਸਰ ਦੀ ਟੀਮ ਮੈਚ ਸਟਾਰਟ ਹੀ ਆ ਹਜੇ ਤੇ ਰੁਪਈਆ ਜਿਹੜਾ ਆਪਾਂ ਇੱਕੋ ਕੈਮਰੇ ਗੱਲ ਦੇਣੇ ਵਾਲਾ ਚਲੇਗਾ ਬਾਈ, ਚਲੇਗਾ ਉਸ ਤੇ ਲਾਈਵ ਚਲੇਗਾ, ਇੱਕ ਮੈਚ ਕੇ ਬਾਅਦ ਚਲੇਗਾ ਬਾਈ ਲਾਈਵ। ਨੁਕਰੇ ਵਿਛੋਰਿਆਂ ਦੇ ਜੇਤੂ ਮੁੰਡੇ, ਉਹ ਕਦੇ ਖੇਡੂ ਤੁਰੇ ਆਉਂਦੇ ਮੇਰੇ ਮਿੱਤਰੋ। ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਰੌਲਾ ਰੱਪਾ ਵੱਡਾ ਪਿਆ ਹੋਇਆ, ਨੰਬਰ ਪਹਿਲਾ ਨੰਬਰ ਪਹਿਲਾ ਕੌਣ ਜੋੜਨਾ ਆਪਣੀ ਟੀਮ ਦੇ ਲਈ, ਇਹ ਤੇ ਕਹਿੰਦੇ ਤਖਤ ਫੈਸਲੇ ਕਰੂਗਾ। ਉਹ ਕਹਿੰਦੇ ਇੱਕ ਪਾਸੇ ਦੱਸਿਆ ਮੇਰੇ ਕਾਬੋ ਤੇ ਦੂਜੇ ਪਾਸੇ ਚੌਟੀ ਖੜਾ, ਉਧਰ ਕਹਿੰਦੇ ਸੱਜਣ ਦੀ ਟੱਕਰ ਮੇਰੇ ਮਿੱਤਰੋ ਅੱਜ ਤੇ ਰਵੀ ਨਾਲ ਆ, ਸੱਜਣ ਦੀ ਟੱਕਰ ਕਹਿੰਦੇ ਰਵੀ ਦੇ ਨਾਲ ਆ ਵੀ ਫੁੱਲ ਪਹਿਣ ਸ਼ਰੀਰਾਂ ਦੇ ਜਿਹੜੇ ਲਾਉਂਦੇ ਫੇਰ ਤਾਂ ਉੱਠ ਕੇ ਧਨ ਚੋਰ ਜਵਾਨਾਂ ਦਾ ਲੈ ਗਏ ਭਰਿਆ ਮੇਲਾ ਲੁੱਟ ਕੇ। ਮਾਰੂਗਾ ਹਰ ਇੱਕ ਸਮੈਸ਼ ਦਾ 11 11 100
ਉਹਨੂੰ ਹਰ ਗਿਆ ਜੀ, ਵੀਰੇ ਹਰ ਗਿਆ ਹਰ ਇੱਕ ਸਮੈਸ਼ ਦਾ ਜਿਹੜਾ ਗਿਆਰਾਂ ਗਿਆਰਾਂ ਸੌ ਦਿੱਤਾ ਜਾਵੇਗਾ। ਅਮਨ ਭੋਗੀ ਅਮਨ ਭੋਗਿਆ ਸਚਨ ਦੀ ਹਰ ਇੱਕ ਵਾਰ ਸੌ, ਸਚਨ ਦੀ ਹਰ ਇੱਕ ਬਾਲ ਟੱਪਾ ਜਿਹੜਾ 100 ਦਾ ਹੋਵੇਗਾ ਮੇਰੇ ਵੀਰੇ, 200 ਦਾ ਹੋਵੇਗਾ। ਆਓ ਸਾਹਮਣੇ ਖਮਨੇ ਵੀਰ ਸਾਡਾ ਸਚਨ ਦੀ ਖੇਡ ਦੇ ਕਹਿੰਦੇ ਬੰਦੇ ਜਿਹੜੇ ਮਾਰ ਕਰਦਾ ਬੜਾ ਕਾਬਰਾ ਮੈਨੇ ਮੇਰੇ ਵੀਰੇ ਖੇਡ ਦੇ ਮੈਦਾਨ ਦੇ ਵਿੱਚ ਦੋਵੇਂ ਟੀਮਾਂ ਦੇ ਵਿਚਕਾਰ ਜਿਹੜਾ ਖੇਡਿਆ ਜਾ ਰਿਹਾ ਵੀਰ ਆਸੀ ਜਿਹੜੇ ਛੱਡਦੇ ਪੈਰਾਂ ਨੱਪਣ ਲੱਗੇ ਨੇ ਵਟਸਐਪ ਤੇ ਕੀ ਕਰ ਰਹੇ ਨੇ ਬੱਚੇ ਅੱਜ ਕੱਲ ਤੇ ਸਰ ਲੱਗੇ ਨੇ ਤੇ ਤੂੰ ਤੂੰ ਅੱਖਰ ਲੱਗੇ ਤੇ ਵਾਲ ਕਾਦੇ ਤੇ ਕਰਿਆ ਮੈਸੇਜ ਕਰਿਆ ਬਈ ਭਈਆ ਨਾ ਪਰਖਾ ਲੱਗੇ ਵੀਰੇ ਨਾਰਾ ਮੈਨੂੰ ਸੀ ਇਧਰ ਵੀ ਨਹੀਂ ਆਇਆ ਮੇਰੇ ਕੋਲੇ ਵਟਸਐਪ ਤੇ ਵੀ ਨਹੀਂ ਆਇਆ ਮੜਾ ਵਟਸਐਪ ਤੇ ਕਰ ਲੈ ਵੀਰੇ ਕਈ ਵਾਰੀ ਫੇਸਬੁੱਕ ਤੇ ਆਉਂਦਾ ਨਹੀਂ ਮੈਸੇਜ ਵਟਸਐਪ ਤੇ ਕਰਦੇ ਵੀਰੇ ਕਿ ਲੌੜਾ ਮਗਰੋਂ ਔਖਾ ਹੋਇਆ ਪਿਆ ਇਹ ਚੋਕਾ ਨੂੰ ਤੇਰੀ ਉੱਪਰੇ ਚੰਦਰਿਆ ਬੋਲਣ ਲਾਤਾ ਲੋਕਾਂ ਨੂੰ ਕਿੰਨੀ ਚੁੱਪਰੇ ਚੰਦਰਿਆ ਫੁੱਲ ਲਾਤਾ ਲੋਕਾਂ ਨੂੰ ਧੰਨਵਾਦ ਧੰਨਵਾਦ ਬਾਈ ਕੁਲਵੀਰ ਔਲਕ ਸਾਰੋਂ ਵੀ ਲਾਈਵ ਆ ਔਰ ਇੱਕ ਵਾਰੀ ਆਪਾਂ 2 ਨੰਬਰ ਗਰਾਊਂਡ ਦੇ ਸਕੋਰ ਜ਼ਰੂਰ ਦੱਸਾਂਗੇ ਮੇਰੀ ਬੇਨਤੀ ਹੈ 3-2 ਇੱਧਰ 3-2 ਦੀ ਟੱਕਰ 3 ਨੰਬਰ ਜਿਹੜੇ ਉਹ ਰਾਜਸਰ ਵਾਲੇ ਮੁੰਡਿਆਂ ਦੇ ਆ ਤੇ 2 ਨੰਬਰ ਜਿਹੜੇ ਚੈਣੇਵਾਲ ਦੀ ਟੀਮ ਹੈ ਮਹਿੰਦੀ ਸ਼ਰਮਾ ਕਲੱਬ ਚੈਣੇਵਾਲ ਦੀ ਟੀਮ ਇੱਕ ਪੱਟੀ ਟੀਮ ਆ ਮੇਰੇ ਮਿੱਤਰੋ ਔਰ ਚਰਚੇ ਜਿਹੜੇ ਦੁਨੀਆ ਦੇ ਵਿੱਚ ਮੁੰਡਿਆਂ ਦੇ ਨਾਲ ਰਾਜਸਰ ਦੀ ਕਹਿੰਦੇ ਧਰਤੀ ਮੇਰੇ ਮਿੱਤਰੋ ਸਾਧੂ ਸੰਤਾਂ ਗੁਰੂਆਂ ਪੀਰਾਂ ਰਿਸ਼ੀਆਂ ਮੁੰਡਿਆਂ ਅਵਤਾਰਾ ਸਿੰਧਾਂ ਦੀ ਧਰਤੀ ਆ ਔਰ ਚਰਚੇ ਫੰਡੇ ਆ ਦੀ ਪਗਦਾਰੀ ਦੇ ਸੂਰਜਾਂ ਕਮੀਆਂ ਦੇ ਵਿਹੜੇ ਆਓ ਧਰਤੀ ਮਾਂ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਇੱਕ ਦੇ ਜਿਗਰ ਹੋਇਆ ਨਜ਼ਰ ਨਾ ਉਧਰੋਂ ਇਕਬਾਲ ਸਿੱਧੂ ਬਰਾੜ ਹੈ ਵੀਰ ਸਾਡਾ ਯੂਕੇ ਵਾਲਾ ਉਧਰੋਂ ਉਹਨੇ ਅੰਗਰੇਜ਼ ਤੇ 21,000 ਰੁਪਇਆ ਲਾਇਆ ਸੀਗਾ ਬਿਲਾਸਪੁਰ ਦੇ ਟੂਰਨਾਮੈਂਟ ਦੇ ਲੈ ਵੀ ਅੰਗਰੇਜ਼ ਭਰਾ ਸਾਡਾ ਕਹਿੰਦਾ ਵੀ ਆਪਾਂ ਉਹ ਪੈਸੇ ਤੇਰੇ ਕੋਲ ਪਾਉਂਦੇ ਕਰਦੇ ਨੇ ਅਗਲੇ ਮਹੀਨੇ ਅੰਗਰੇਜ਼ ਦੇ ਕੋਲ ਪੈਸੇ ਜਿਹੜੇ ਪਾਉਂਦੇ ਹੋ ਰਹੇ ਨੇ ਮਾਰਕ ਦੇ ਵਿੱਚ ਲੈ ਵੀ ਸੌ ਵਾਲੇ ਵੀਰ ਜ਼ਰੂਰ ਸੰਪਰਕ ਬਣਾ ਲਈ ਉਧਰ ਭਰਾ ਸਾਡਾ ਸੋਨੂ ਜਿੱਥੇ ਮੇਰੀ ਆਵਾਜ਼ ਨੂੰ ਸੁਣਦਾ ਖੁਰਦ ਲਾਈਵ 00 ਬੰਨ ਤੇ ਐਂਡ ਗੱਲ ਬਾਤ ਪੇ ਜੋਗੜ ਯਾਦ ਕਰਦਾ ਜੋਗੜ ਖੁਰਦ ਵਾਲਾ ਉਹਦੇ ਨਾਲ ਜ਼ਰੂਰ ਸੰਪਰਕ ਕਰ ਲਏ ਵੀਰ ਸਾਡਾ ਔਰ ਇੱਧਰ ਮੈਚ ਮੇਰੇ ਮਿੱਤਰੋਂ ਬਹੁਤ ਚੋਟੀ ਦਾ ਖੇਡਿਆ ਜਾ ਰਿਹਾ ਹੈ ਵੀ ਨੱਚਦੀ ਜਵਾਨੀ ਚੰਗੀ ਲੱਗੇ ਹੱਸਦੀ ਤੇ ਖੇਡਦੀ ਜੱਤ ਦਾ ਬੁਢਾਪਾ ਜੇ ਸਿਆਣੀ ਗੱਲ ਕਰੇ ਤਾਂ ਇੱਜ਼ਤ ਕੁਵਾਰੀ ਦੀ ਜਿਹੜੀ ਡਰ ਰੱਖੇ ਮਾਪਿਆਂ ਦਾ ਆਹ ਸੂਰਮੇ ਦੀ ਸੁਭਾ ਜੇ ਮੈਦਾਨੇ ਜੰਗ ਲੜਤਾ ਨੰਬਰਦਾਰਾ ਇੱਧਰ ਚੋਟੀ ਦੀ ਖੇਡ ਜਿਹੜੀ ਖੇਡੀ ਜਾ ਰਹੀ ਹੈ ਇੱਧਰ ਬੱਲੀ ਆ ਭਰਾ ਸਾਡਾ ਵਜੀਦ ਕੇ ਪਿੰਡ ਦਾ ਆਹ ਵੱਡਾ ਵੱਲ ਪਰ ਸਾਹਮਣੇ ਆਹ ਧਾਂਤਰ ਜਿਹੜੀ ਹੋਈ ਪਈ ਹੈ ਖੇਡ ਦੇ ਮੈਦਾਨ ਦੇ ਅੰਦਰ ਮੇਰੇ ਮਿੱਤਰੋ ਆਓ ਸਾਹਮਣੇ ਮੁੰਡਾ ਚੋਟੀ ਤੇ ਬਾਲ ਮਾਰ ਕੇ ਨੰਬਰ ਜੋੜਦਾ ਤੇ ਆਪਾਂ 500 ਦੇ ਨਾਲ ਵੱਡੇ ਮਨ ਕਰਦੇ ਨੇ ਮੁੰਡੇ ਦੇ ਔਰ ਚਰਚੇ ਆ ਮੇਰੇ ਮਿੱਤਰ ਇੱਧਰ ਲੱਕੀ ਚੀਮਾ ਵੀ ਪੁੱਜਿਆ ਹੋਇਆ ਗੱਲਾਂ ਬਾਤਾਂ ਵੰਡੀਆਂ ਨੇ ਭਰਾ ਸਾਡਿਆਂ ਦੀਆਂ ਉਹ ਬੱਲੇ 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 ਸਾਹਮਣੇ ਕਹਿੰਦੇ ਸਰਾਮ ਰੱਜਿਆ ਪਿਆ ਮੈਂ ਵੀ ਬਾਈ ਯਾਰ ਜੇ ਮੈਚ ਦੀ ਸ਼ੁਰੂਆਤ ਵਧੀਆ ਲੱਗੀ ਹੈ ਇੱਕ ਵਾਰੀ ਤਾੜੀ
ਕਮਾਲ ਕਦੇ ਹੋ ਗਈ ਹੈ ਬੰਦੇ ਕਹਿੰਦੇ ਖਿਡਾਰੀ ਦਸਾ ਸਕੋਰ ਤੁਸੀਂ ਗਰਲਾਲ ਬਾਈ 5-2 4-2 ਸਕੋਰ ਆ ਵੀਰੇ 4 ਜੱਸੇ ਦੇ 2 ਜੌਂਟੀ ਦੇ ਜਰਦੀ ਭਰਾ ਸਾਡਾ ਮਹਿਲ ਖੁਰਦਲ ਆਇਆ ਤੇ 3 ਤਰੀਕ ਜਿਹੜੀ ਮਹਿਲ ਖੁਰ ਦੇ ਵੰਡੇ ਕੱਪ ਦੀ ਆ ਆਪਾਂ ਉਸ ਧਰਤੀ ਤੇ ਵੀ ਹਾਜ਼ਰੀ ਲਵਾਵਾਂਗੇ ਔਰ ਬੈਸਟਾਂ ਦੇ ਲਈ ਮੈਨੂੰ ਵੀ ਹਾਂਜੀ ਗੜਵੀਰ ਵੀਰੇ ਜ਼ਰੂਰ ਵੀਰੇ ਹੋਣਗੀ ਮੇਰੇ ਮਿੱਤਰੋ ਉਸ ਵੱਡੇ ਕੱਪ ਦੀ ਆ ਪਰ ਅੱਜ ਮੇਰੇ ਮਿੱਤਰੋ ਸਾਹਮਣੇ ਫਿਰ ਗਰਾਊਂਡ ਦੇ ਵਿੱਚ ਨਾ ਹੋ ਜਾਂਦਾ ਇੱਕ ਪਾਸੇ ਜ਼ਿਲ੍ਹਾ ਮਾਨਸਾ ਮੁੰਡਿਆਂ ਨੂੰ ਪੈ ਜਾਂਦਾ ਵੀ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਮੋਗੇ ਵਾਲੇ ਫੌਜ ਵਿੱਚ ਪਾਲੇ ਭਰਤੀ ਲੋਹੇ ਨਾਲ ਮੱਥਾ ਮਾਰਦੇ ਮਲੋਟਦੇ ਮਾਨਸਾ ਦੇ ਜੱਟ ਸੁਲਝਾਉਣ ਮਸਲਾ ਲੁਧਿਆਣੇ ਆਟੋ ਤੇ ਚੰਡੀ ਕਾੜਾ ਅਸ਼ਕੀ ਹਾਂ ਮੋਕਲੇ ਨਹੀਂ ਕਦੇ ਵੀ ਮਠੇਨੇ ਅਸਲਾ ਹਾਂ ਗੱਲਾਂ ਕਹਿੰਦੇ ਹੁੰਦੀਆਂ ਨੇ ਖੁਦਰੇ ਚੰਡੀ ਇੱਕ ਖੁੱਬੇ ਵਾਲਾ ਭਰਾ ਸਾਡਾ ਉਹ ਕਹਿੰਦੇ ਵੀ ਖੁੱਲੀ ਹੋਈ ਹੈ ਸੋਨੀ ਦੇ ਲਈ ਅਗਲੇ ਸਾਲ ਵੱਡਾ ਸਰਪ੍ਰਾਈਜ਼ ਹੋਵੇਗਾ ਮੇਰੇ ਵੀਰੋ ਬੰਦੇ ਮਾਣ ਕਰ ਰਹੇ ਵੀਰ ਸਾਡਾ ਕਹਿੰਦਾ ਗਾ ਹਾਂ ਭੱਲੇ 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 ਹਾਂ ਕਮਾਲ ਹੋਈ ਪਈ ਆ ਭਾਦਰ ਗੜੀਆ ਵੀ ਕਹਿੰਦੇ ਪੂਰਾ ਫਿੱਟਾ ਤੇ ਮੈਚ ਉਧਰ ਲਾਈਵ ਚੱਲਦਾ ਸੀਗਾ ਖੇਡਦੇ ਮੈਦਾਨ ਬਠਿੰਡਾ ਵਾਲੀਵਾਲ ਲਾਈਵ ਟੀਮਾਂ ਦੇ ਦਰਮਿਆਨ ਖੇਡੇ ਜਾ ਰਹੇ ਆ ਜ਼ੋਰ ਲੱਗਿਆ ਹੋਇਆ ਹੁਣ ਲੱਗੇ ਵੀ ਕਿਉਂ ਨਾ ਮੇਲਾ ਕਦੇ ਬੰਦੋਰਾਂ ਦਾ ਇੱਧਰ ਕਦੇ ਬੰਦੀ ਸਾਡਾ ਭਰਾ ਫਰੀਦ ਕਿਆਂ ਵਾਲਾ ਬਹੁਤ ਸਾਰਾ ਮਾਣ ਕਰ ਗਿਆ ਨਾ ਬੋਲਾਂ ਦਾ ਸੱਚੇ ਪਾਤਸ਼ਾਹ ਪਰਮਾਤਮਾ ਤਰੱਕੀਆਂ ਬਖਸ਼ੇ ਯਾਰੀ ਆ ਉਹ ਕਦੇ ਵਿੱਕੀ ਕੈਨੇਡਾ ਵਾਲੇ ਦੇ ਨਾਲ ਉਹ ਭਰਾਵਾਂ ਤੋਂ ਵੱਧ ਕੇ ਪਿਆਰਾ ਬਾਈ ਕਾਲੇ ਕਿਵੇਂ ਹੋ ਰਹੀ ਹੈ ਹੈਪੀ ਕਿਵੇਂ ਹੋ ਰਹੀ ਹੈ ਰੈਸ਼ਰ ਦੇ ਦੱਸੇ ਦਾ ਕਦੇ ਟੱਪੋੜਾ ਸਿੰਗਲ ਹੈਂਡ ਦਾ ਆਪਾਂ ਕਦੇ ਆਪਾਂ 11-1100 ਦੇਵਾਂਗੇ ਹਾਓ ਬੰਦੇ ਰਾਣ ਸਰਵੇਗੇ ਤੇ ਨਾਲ ਹਰਨਾ ਸੰਧੂ ਵੀ ਕਹਿੰਦੇ ਸਮੈਸ਼ ਜਿਹੜੀ ਪ੍ਰਧਾਨ 2 ਨੰਬਰ ਗਰਾਊਂਡ ਜਾਈ ਕੇ ਨਾ ਚੌਂਦੀ ਦੇ ਨਾਲ ਬੇਨਤੀ ਹੈ ਮੇਰੀ ਹੈਵੀ ਨਾਲ ਹੀ ਉਧਰ ਭਰਾ ਰਹੇ ਸਾਡੇ ਬਹੁਤ ਵੱਡਾ ਮਾਣ ਇਹਨਾਂ ਖਿਡਾਰੀਆਂ ਦਾ ਬਿਲਕੁਲ ਸਹੀ ਚੱਲ ਰਿਹਾ ਲਾਈਵ ਜਸੇ ਕਲਾਲ ਵਾਲੇ ਵਾਲਾ ਵੀਰ ਸਾਡਾ ਜਿੰਨੀਆਂ ਪਹਿਲਾਂ ਜੋਟੀ ਜਸੇ ਦੇ ਲਾਉਂਦਾ ਸਹੀ ਚੱਲ ਰਿਹਾ ਲਾਈਵ ਵੀਰੇ ਜਗਦੇਵ ਕੱਟ ਕੇ ਕਰ ਲਓ ਇੱਕ ਵਾਰੀ ਲਾਈਵ ਵੀਰੇ ਕਲਾਲ ਵਾਲੇ ਵਾਲਾ ਕਹਿੰਦਾ ਉਧਰ ਵਿੱਕੀ ਵੀ ਲਾਈਵ ਜਿਹੜਾ ਬੈਠਾ ਵਿੱਕੀ ਚੀਮਾ ਕੈਨੇਡਾ ਦਾ ਭਰਾ ਮੇਰੇ ਵੀਰੇ ਚਰਰੇ ਬੰਦੇ ਆ ਹਉ ਕਹਾਣੀ ਕਹਿੰਦੇ ਹੋਰ 4-2 ਨੇ ਵੀਰੇ ਲੱਗਦੀ ਆ ਬੈਰੀ ਪਾਣੀ ਰੱਖੋ ਲਈ ਪ੍ਰਧਾਨ ਆਈ ਕਿਹੜਾ ਭੜ ਕੇ ਦਿਲ ਦੀ ਬਣਾ ਲਿਆ ਖੋਲ ਕੇ ਵਾਹਿਗੁਰੂ ਬੋਲ ਕੇ ਖੱਬੀ ਸੀਟ ਉੱਤੇ ਬਹਿਣਾ ਬੋਲੀਏ ਬੰਬਾ ਲੈ ਲਿਆ ਟਰਾਲਾ ਤੇਰੇ ਯਾਰ ਨੇ ਬੜੇ ਪਿਆਰੇ ਤੇ ਸਤਿਕਾਰਯੋਗ ਮਿੱਤਰੋਂ ਸਾਡੇ ਵੀਰਾਂ ਦੇ ਲਈ ਲਓ ਦੇਖੋ ਬਿਲਕੁਲ ਜਮਾ ਓਕੇ ਚੱਲ ਰਿਹਾ ਬੇਨਤੀ ਆ ਵੀਰੇ ਯਾਰ ਪਾਣੀ ਵਾਲਾ ਵੀਰ ਹਾਂਜੀ ਰਵੀ ਸਰਪੰਚ ਦੀ ਰਵੀ ਸਰਪੰਚ ਖਾਰੀਆ ਰਾਏ ਸਿੰਘ ਵੀ ਆਇਆ ਹੋਇਆ ਰਾਏ ਸਿੰਘ ਬਖੌਰ ਟਰ ਦੇ ਵੱਡੇ ਮੇਰੇ ਵੀਰੇ ਓਕੇ ਓਕੇ ਵਰਮਾ ਸਾਹਿਬ ਜੀ ਰਵੀ ਸਰਪੰਚ ਖਾਰੀਆ ਦਾ ਭਰਾ ਸਾਡਾ ਉਹ ਕਹਿੰਦੇ ਯੋਧਪੁਰ ਵਾਲੇ ਪਿੰਡਾਂ ਨੇ ਫਾਈਨਲ ਜਿੱਤਣਾ ਤੇ ਸਾਰੀ ਟੀਮ ਦਾ ਸਨਮਾਨ ਆਪਾਂ 2100 ਰਾਂ ਕਰਦੇ ਹਾਂਗੇ 2100 ਰਾਂ ਵੱਡੇ ਦੇ ਨੇ ਮਾਨਸਰ ਨਾਲ ਹੋਰ ਕਿੰਨੇ ਕਿੰਨੇ ਨੰਬਰ ਹੈ ਜੀ ਇੱਧਰ ਗੁਰੀ ਭਾਈ ਜੀ ਨਾਮ ਇੱਕ ਨਾਲ ਹੀ ਇੱਥੇ
ਤਿੰਨ ਯੋਧਪੁਰੀ ਇੱਕ ਮਰਦੈਣੀ ਹਾਂ ਸਾਹਮਣੇ ਮੇਰੇ ਜਿਹੜੇ ਹੋ ਮਰਦੈਰਾ ਤੁਹਾਡੀ ਕਦੇ ਟਿਕਾਣੇ ਮੈਚ ਤੇ ਉਧਰ ਵੀ ਤਕੜਾ ਤੇ ਇਧਰ ਵੀ ਤਕੜਾ ਬਈ ਲਾਹੌਰ ਮੰਗਿਆ ਮੈਂ ਦੁਸ਼ਮਣ ਜੈਲਦਾਰ ਹੈ ਭਰਾ ਸਾਡਾ ਜੋਧੇ ਦਾ ਭਰਾ ਇੱਧਰ ਦੇ ਵੱਡੇ ਹੁੰਦੇ ਮੇਰੇ ਵੀਰੋ ਬੱਲੀ ਦਾ ਜੋਬ ਕਰਦਾ ਗੱਲਾਂ ਕਹਿੰਦੇ ਟਿਕਾਣੇ ਲੱਗਦੀਆਂ ਨੇ ਗੱਗਾ ਵੀ ਆਇਆ ਹੋਇਆ ਹਰ ਦਰ ਕਹਿੰਦੇ ਜਦੋਂ ਦਸ ਆਇਆ ਹੋਵੇ ਫਰਮਾਰੀਆਂ ਦਾ ਫਿਰ ਗੱਲਾਂ ਕੁਝ ਹੋਰ ਹੁੰਦੀਆਂ ਨੇ ਕਹਿੰਦੇ ਸੁਹਾਗਾ ਫੇਰਦੇ ਆ ਕਿ ਹਰ ਚਰਜੇ ਦੇ ਹੋਣਗੇ ਇੱਧਰ ਵੀ ਉਹਦੇ ਦਸੇ ਨੇ ਵੀ ਚੁੱਪ ਘੱਟ ਹੁੰਦੀ ਕਹਿੰਦੇ ਟਿਕਾਣੇ ਆ ਨੰਬਰ ਫਿਰ ਅਗਲਾ ਕੌਣ ਜੋੜ ਦਾ ਆਪਣੀ ਟੀਮ ਲਈ ਲੰਬੜਾ ਟੇਬਲ ਨਾ ਹਿੱਲੇ ਵੀਰੇ ਲੰਬੜਾ ਸਕੋਰ ਦਾ ਦੇਖੀ ਕਾਲੇ ਹੁਣੇ ਦੇ ਕਿੰਨੀ ਗੱਡੀ ਆਉਂਦੇ ਆ ਸਕੋਰ ਪੁੱਛੀ ਲੰਬੜਾ ਟਿਕਾਣੇ ਦਾ ਵੀ ਨੰਬਰ ਕਿੰਨੇ ਕਿੰਨੇ ਹੋ ਗਏ ਬਾਈ ਕਰਨ ਮੰਗੇ ਦੱਸੀ ਇੱਕ ਵਾਰੀ ਕੱਲੀ ਕੱਲੀ ਆਖੇ ਤੇ ਟਕਾਈ ਬੈਠੇ ਵੀ ਆਹ ਮੈਚ ਦੇ ਵਿੱਚੋਂ ਕੌਣ ਜਿੱਤੂਗਾ ਤੇ ਕੌਣ ਸਿੱਖੂਗਾ ਵੀ ਕਿਹੜਾ ਜਿੱਤਦਾ ਤੇ ਕਿਹੜਾ ਸਿੱਖਦਾ ਇਹ ਸ਼ੱਕ ਤੇ ਰਹਿਣੀ ਆ ਆਹ ਮੇਲਾ ਗੰਬੋਰਾ ਦਾ ਵੀ ਧੱਕ ਦੇ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੇਲਾ ਵੱਡਾ ਹਰ ਕਹਾਣੀ ਕਦੇ ਟਿਕਾਣੇ ਜਿਹੜੀ ਲੱਗੀ ਪਈ ਹੈ ਸਕੋਰ ਜਾਨੀ ਬਹੁਤ ਵਧੀਆ ਮੁਕਾਬਲੇ ਜਿਹੜੇ ਖੇਡੇ ਜਾ ਰਹੇ ਨੇ ਸਲੋ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਹੈਲੋ ਉਧਰ ਬਹੁਤ ਹੀ ਸਤਿਕਾਰਯੋਗ ਟੀਮ ਨੂੰ ਭਰਾ ਸਾਡਾ ਔਰ ਉਹ ਸੁਵੀਰ ਬੋਲੇ ਤਾਂ ਬੋਲਾਂ ਦੇ ਲਈ ਬਹੁਤ ਵੱਡੇ ਮਾਨ ਆਏ ਹੈ ਮੈਂ ਤੇ ਦਿਲੋਂ ਧੰਨਵਾਦ ਕਰਦਾ ਸਾਡਾ ਬਹੁਤ ਹੀ ਸਤਿਕਾਰਯੋਗ ਭਰਾ ਮੈਨੂੰ ਸੁਵੀਰ ਵੱਲੋਂ ਇਹਨਾਂ ਬੋਲਾਂ ਦੇ ਲਈ ਵੱਡੇ ਮਾਨ ਆਏ ਹੈ ਪਰ ਇੱਧਰ ਮੈਚ ਬਣਾਉਣ ਟੌਪ ਦਾ ਮੇਰੇ ਮਿੱਤਰੋ ਆਹ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੈ ਬਈ ਆਪਦੇ ਜੋਟੀ ਨੇ ਮੇਰੇ ਮਿੱਤਰੋ ਜਦੋਂ ਜਦੋਂ ਦੀ ਕੋਈ ਬਾਲੀਬਾਲ ਟੱਕੀ ਦੇ ਵਿੱਚ ਪਹਿਲੀਆਂ ਚੀਜ਼ਾਂ ਰੱਖੀਆਂ ਗਈਆਂ ਤੇ ਉਹ ਕਹਿੰਦੇ ਪਹਿਲੀਆਂ ਚੀਜ਼ਾਂ ਦਾ ਜੇਤੂ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਦੁਨੀਆਂ ਦਾ ਮਹਾਨ ਖਿਡਾਰੀ ਹੈ ਆਹ ਗੱਲਾਂ ਬਾਤਾਂ ਵੱਡੀਆਂ ਨੇ ਰਾਜਸਥਾਨ ਦੇ ਜੱਸੇ ਦੇ ਨਾਲ ਰਲ ਕੇ ਆਹ ਮਿੱਤਰਾਂ ਸਾਂਝੇ ਤੌਰ ਤੇ ਨੁਕਰਾ ਪਛੇਰਾ ਵੀ ਦਿੰਦੇ ਆ ਅੱਜ ਸੱਜਰੇ ਸ਼ਰੀਕ ਮੁੰਡੇ ਆਹ ਬਣੇ ਪਏ ਆ ਦਰਸਾਦ ਦਰਸਾਦ ਆਉਂਦਾ ਆਉਂਦਾ ਵੀਰ ਦਰਸਾਦ ਗਰਲਾਲ ਕਿੱਥੇ ਆ ਹਾਂਜੀ ਹਾਂਜੀ ਕਿੱਥੇ ਆ ਇੱਧਰ ਸਾਹਮਣੇ ਬੋਲੋ ਹਾਂਜੀ ਖੋਜੇ ਚ ਆਜੀ ਤੇ ਦੱਸਾ ਬੈਠਾ ਆਜੀ ਵੀਰੇ ਮੜਾ ਜਾ ਜੱਸੇ ਦੇ ਸਾਰੇ ਟੱਪੇ 3100 ਦੇ ਹੋਣਗੇ ਅਰਸ਼ ਸ਼ਰਮਾ ਘਨੌਰ ਬਾਈ ਵੀ ਅਰਸ਼ ਸ਼ਰਮਾ ਘਨੌਰ ਵਾਲਾ ਸਾਡਾ ਵੀਰ ਕਹਿੰਦਾ ਜੱਸੇ ਦਾ ਰਾਜਸਰ ਦੇ ਸਾਰੇ ਟੱਪੇ ਜਿਹੜੇ 3100 ਦੇ ਹੋਣਗੇ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਭਰਾ ਇਹ ਸਾਡੇ
ਅਰਸ਼ ਸ਼ਰਮਾ ਘਨੌਰ ਮੇਰੇ ਮਿੱਤਰੋ ਜਲਦ ਕਹਿੰਦੇ ਡੇਟਾ ਉਲੀਕੀਆਂ ਜਾਣਗੀਆਂ ਘਨੌਰ ਦੇ ਵਰਲਡ ਕੱਪ ਦੀਆਂ ਤੇ ਚਰਚੇ ਹੋਣਗੇ ਉਸ ਧਰਤੀ ਦੇ ਉੱਤੇ। ਔਰ ਪਿਛਲੇ ਵਰੇ ਭਰਾਵਾਂ ਨੇ ਕਹਿੰਦੇ ਨੁਕਰੇ ਵਛੇਰੇ ਦਿੱਤੇ ਤੇ ਇਸ ਸਾਲ ਕੀ ਇਤਿਹਾਸ ਰਚਣਗੇ ਉਹਤੇ ਸਮਾਂ ਦੱਸੂ ਮੇਰੇ ਮਿੱਤਰਾਂ। ਔਰ ਇੱਧਰ ਬਾਲ ਜਿਹੜੀ ਆਊਟ ਹੋਈ ਸੀ ਤੇ ਸਰਵ ਜਿਹੜੀ ਚੇਂਜ ਹੋਈ ਸੀ ਨੌਜਵਾਨਾਂ ਨੰਬਰ ਦੱਸੀ ਮੰਗੇ ਗਰਨਾਲ ਉਰੇ ਦਾ ਛਕ ਲੋ ਤੁਸੀਂ ਤੇ ਹੁਣ ਕੀ ਹੋ ਗਿਆ ਤੇਰੇ ਲਈ ਆ ਲੈ ਫਿਰ ਮੈਂ ਤਾਂ ਖਾਲੂ ਖੋਰਦਾ ਸੀ ਬਸ ਅਰਸ਼ ਸ਼ਰਮਾ ਲੜੀਆਂ ਜੀ ਭਾਵੇਂ ਮੈਂ ਕਹਿੰਦਾ ਟੂਰਨਾਮੈਂਟ ਦੇ ਬਾਈ ਲਓ ਸਾਹਮਣੇ ਇਹਦੇ ਮਿੱਤਰਾਂ ਇਤਿਹਾਸ ਰਚਿਆ ਜਾਣਾ ਉਧਰ ਅਰਸ਼ ਸ਼ਰਮਾ ਘਨੌਰ ਵਾਲਾ ਸਾਡੀ ਜ਼ਿੰਦਗੀ ਦਾ ਮਾਣ ਹੈ ਉਹ ਵੀਰ ਕਹਿੰਦਾ ਐਤਕੀ ਦੇ ਸਾਲ ਜਦੋਂ ਘਨੌਰ ਦੇ ਵਿੱਚ ਮੇਲਾ ਹੋਇਆ ਘਨੌਰ ਦੇ ਵੱਡੇ ਕੱਪ ਦੇ ਬੈਸਟਾਂ ਦੇ ਲਈ ਲੱਡੀਆਂ ਜੀਪਾਂ ਹੋਣਗੀਆਂ ਆਹ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਘਨੌਰ ਦੇ ਕੱਪ ਦੇ ਹੋਰ ਫੈਸਲੇ ਲਾਗ ਦਾਤ ਦੇ ਚੀਕਾਂ ਦੇ ਆਹ ਪੁੱਤ ਜੱਟਾਂ ਦੇ ਸ਼ੌਕੀ ਹੁੰਦੇ ਫੋਰ ਬੁਲਟ ਦੇ ਜੀਪਾਂ ਦੇ ਪੁੱਤ ਜੱਟਾਂ ਦੇ ਸ਼ੌਕੀ ਹੁੰਦੇ ਫੋਰ ਬੁਲਟ ਦੇ ਜੀਪਾਂ ਦੇ ਨਾ ਉਹ ਬਾਲ ਕਹਿੰਦੇ ਆਉਂਦਾ ਮਿੱਤਰ ਕਹਿੰਦੇ ਇੱਕ ਹੋਰ ਮਾਰਚ ਦੇ ਮਹੀਨੇ 'ਚ ਟੂਰਨਾਮੈਂਟ ਹੋਊਗਾ ਮਾਰਚ ਦੇ ਮਹੀਨੇ 'ਚ ਗਰਲਾਲ ਗਰਲਾਲ ਮਾਰਚ ਦੇ ਮਹੀਨੇ 'ਚ ਹੋਣਾ ਟੂਰਨਾਮੈਂਟ ਘਨੌਰ ਦਾ ਹੈਲੋ ਮੈਂ ਵੀ ਬਹੁਤ ਬਹੁਤ ਧੰਨਵਾਦ ਹੈ ਉਧਰ ਵਿੱਕੀ ਕੈਨੇਡਾ ਵਿੱਕੀ ਕੈਨੇਡਾ ਦੇ ਨਾਲ ਕਾਲਾ ਟੀਮਾਂ ਹੈਪੀ ਟੀਮਾਂ ਵੱਡੇ ਜਿਹੜੇ ਮਾਣ ਤਿਆਰ ਹੈ ਵੀਰਾਂ ਦੇ ਵੱਲੋਂ ਔਰ ਜੇ ਰਾਏਸਰ ਦੀ ਟੀਮ ਜਿੱਤ ਗਈ ਕਹਿੰਦੇ ਮਾਣ ਸਨਮਾਨ ਜਿਹੜੇ ਤਾਂ ਚੇਕੇ ਦਰ ਦੇ ਕਰਾਂਗੇ ਵੀ ਮਾਣ ਸਨਮਾਨ ਸਾਨੂੰ ਬਾਬਾ ਜੀ ਨੇ ਬਖਸ਼ੇ ਅੱਜ ਥੱਲੇ ਗੱਡੀਆਂ ਦੇ ਕਦੇ ਸੀਗੇ ਰੱਖੇ ਸਾਡੀ ਮਿਹਨਤ ਨੂੰ ਫਲ ਲੱਗਾ ਚੁਗਲਾਂ ਦੇ ਨਾਂ ਲੜਦੇ ਵੀ ਸਾਨੂੰ ਰੱਬ ਨੇ ਤਰੱਕੀਆਂ ਦਿੱਤੀਆਂ ਆਓ ਸ਼ਰੀਕਾਂ ਦੇ ਚੋਂ ਦਿਲ ਸੜਦੇ ਆ ਸਾਨੂੰ ਰੱਬ ਨੇ ਤਰੱਕੀਆਂ ਦਿੱਤੀਆਂ ਸ਼ਰੀਕਾਂ ਦੇ ਚੋਂ ਦਿਲ ਸੜਦੇ ਆ ਮੈਂ ਵੀ ਤਰਨੇ ਇੱਕ ਵਾਰੀ ਨੰਬਰ ਜ਼ਰੂਰ ਸਾਂਝੇ ਕਰਦੀ ਮੇਰਾ ਵੀਰ ਹਾਂਜੀ ਹਾਂਜੀ ਅਮਨ ਧਾਲੀਵਾਲ ਕੀ ਹਾਲ ਨੇ ਵੀਰੇ ਅਮਨ ਨਾਲ ਹੀ ਪਿੰਡਾ ਸੰਧੂ ਔਰ ਬਾਬੀ ਸੰਧੂ ਇਹਨਾਂ ਭਰਾਵਾਂ ਦਾ ਵੀ ਬਹੁਤ ਵੱਡਾ ਯੋਗਦਾਨ ਅੱਜ ਦੇ ਵੱਡੇ ਕੱਪ ਦੇ ਲਈ ਮੰਗੇ ਕਿੰਨੇ ਕਿੰਨੇ ਪੁਆਇੰਟ ਆ ਵੀਰੇ ਛੇ ਤੇ ਚਾਰ ਦਾ ਮੁਕਾਬਲਾ ਹੈ ਛੇ ਪੁਆਇੰਟਾਂ ਜਿਹੜੇ ਖੇਡ ਦੇ ਮੈਦਾਨ 'ਚ ਮੈਂ ਤੱਕ ਰਿਹਾ ਵੀ ਕੈਨੇਡਾ ਦੀ ਟੀਮ ਦੇ ਔਰ ਦੂਜੇ ਪਾਸੇ ਮੈਂ ਤੱਕ ਰਿਹਾ ਵੀ ਚਾਰ ਨੰਬਰ ਜਿਹੜੇ ਰਾਏਸਰ ਦੀ ਟੀਮ ਦੇ ਆ ਨੰਬਰ ਦੇਖਾਂਗੇ ਹੁਣ ਕੌਣ ਜੋੜਦਾ ਇੱਕ ਪਾਸੇ ਬਹਾਦਰ ਇੱਕ ਪਾਸੇ ਰਾਏਸਰ ਵਾਲਾ ਬੱਲੇ 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 ਔਰ ਰੱਬ ਦੇਵੇ ਧਰਤੀ ਥੱਲੇ ਤੇ ਵਿਚਾਲੇ ਕਹਿੰਦੇ ਗੰਬੋਆਂ 'ਚ ਗੁੱਟ ਗੜਾਪਾ ਹੋਈ ਆਉਂਦਾ ਇੱਧਰ ਹੋਰ ਇੱਥੇ ਬਹਾਰੀ ਕਹਿੰਦੇ ਟਕਾਰੇ ਲੱਗੀ ਹੋਈ ਆ 1100 ਦਾ ਟੱਪਾ ਜਿਹੜਾ ਪਾਪਾ ਹੈ ਹੋਰ ਪੁੱਛੀ ਸਕੋਰ 1100 ਦਾ ਟੱਪਾ ਜਿਹੜਾ ਪਾ ਦਿੱਤਾ ਮੁੰਡੇ ਨੇ ਇਧਰਲੇ ਪਾਸੇ ਬਾਈ ਵਿੱਕੀ ਕੀਮਾ ਕੈਨੇਡਾ ਕਾਲਾ ਕੀਮਾ ਕੈਨੇਡਾ ਨਾਲ ਹੈਪੀ ਕੀਮਾ ਹਰ ਬਾਈ ਪਿੰਦੇ ਹੋਣੀ ਵੱਡੇ ਮਾਰ ਕਹਿੰਦੇ ਆਪਾਂ ਕਰਨੇ ਜੱਸੇ ਦੇ ਸਕੋਰ ਹਰੀ ਪੁਆਇੰਟ ਦੱਸਦੇ ਇੱਕ ਵਾਰੀ ਕਿੰਨੇ ਆ
ਪੰਜ ਚਾਰ ਚਾਰ ਛੇ ਓਕੇ ਅਮਨ ਵੀਰੇ ਲੈ ਵੀ ਚਾਰ ਤੇ ਛੇ ਦੀ ਟੱਕਰ ਹੈ ਚਾਰ ਨੰਬਰ ਇਧਰਲੇ ਪਾਸੇ ਛੇ ਨੰਬਰ ਜਿਹੜੇ ਚਣਿਆਂ ਦੀ ਟੀਮ ਪਿਛਲੇ ਬਰਨਾਲੇ ਤੇ ਮਾਨਸਾ ਦੀਆਂ ਟੀਮਾਂ ਦੀ ਕਹਿੰਦੇ ਬੰਦੀ ਟੱਕਰ ਹੈ ਮੋਢੇ ਤੇ ਧਰੀ ਦਾ ਵੀ ਪਤਾ ਲੱਗ ਚੱਲ ਗਏ ਹੋ ਵੀ ਬਥੇਰਾ ਮੋਢੇ ਉੱਤੇ ਡੰਗੀ ਦਾ ਹੋ ਪੱਤਰੀ ਦੇ ਕੰਨਾਂ ਵਿੱਚ ਗੱਲ ਮਾਰੇ ਨਹੀਂ ਝਾਂਜਰਾ ਛੜਕਾ ਕੇ ਸ਼ੇਰਾਂ ਕੋਲੋਂ ਲੰਘੀ ਦਾ ਸੱਪ ਦੇ ਨੇੜੇ ਦੀ ਸਾਂਹ ਦੇ ਤੀਰਾ ਸੋਹਣਾਂ ਦੇ ਸੱਚੀਆਂ ਸਿਆਣੇ ਕਹਿੰਦੇ ਨੇ ਜੋੜਦਾ ਕੌਣ ਬਿਉਤਬੰਦੀਆਂ ਮੁੰਡੇ ਕਹਿੰਦੇ ਘੜ ਰਹੇ ਆ ਵੀ ਬਿਉਤਬੰਦੀ ਨਾਲ ਚੱਲਣੀ ਪੈਂਦੀ ਆ ਚੱਲ ਗਈ ਤੇ ਜਿੱਤਿਆ ਦੀ ਚਾਦਾ ਕਦੇ ਕੰਨਾਂ ਨਾਲ ਗਈ ਸ਼ਾਟਾਂ ਮਾਰਨੀਆਂ ਪੈਂਦੀਆਂ ਤੇ ਡਿਫੈਂਸ ਵੀ ਕਰਨਾ ਪੈਂਦਾ ਉਹ ਖੇਡਣੀ ਵਾਲੀਬਾਲ ਐਡੀ ਨਹੀਂ ਸੌਖੀ ਇੱਕ ਇੱਕ ਨੰਬਰ ਲਈ ਬੇਗਾਨੇ ਪੁੱਤਾਂ ਨਾਲ ਲੜਨਾ ਪੈਂਦਾ ਹੈ ਉਹ ਕਹਿੰਦੇ ਸਿਰੇ ਦਾ ਮੈਚ ਹੈ ਸੱਤ ਛੇ ਚਾਰ ਹੀ ਹੈ ਜੀ ਛੇ ਤੇ ਚਾਰ ਸੱਤਵੇਂ ਨੰਬਰ ਦੀ ਭਾਲ ਦੇ ਵਿੱਚ ਆ ਮੁੰਡੇ ਦੇਖਦੇ ਆ ਕਿਹਦਾ ਜੋੜਦਾ ਆਪਣੀ ਟੀਮ ਦੇ ਲਈ ਵੀ ਲੱਗਦੀ ਜਵਾਬੀ ਚੰਗੀ ਹੱਸਦੀ ਤੇ ਖੇਡਦੀ ਉਹ ਜੱਜ ਦਾ ਬੁਢਾਪਾ ਦੇ ਸਿਆਣੀ ਗੱਲ ਕਰੇ ਤਾਂ ਇੱਕ ਤੇ ਕੁਵਾਰੀ ਹੈ ਜਿਹੜੀ ਡਰ ਰੱਖੇ ਮਾਪਿਆਂ ਦਾ ਸੂਰਮੇ ਦੀ ਸੋਭਾ ਦੇ ਮਦਾਨੇ ਨਗ ਲੜੇ ਤਾਂ ਸੂਰਮੇ ਦੀ ਸੋਭਾ ਦੇ ਮਦਾਨੇ ਨਗ ਲੜੇ ਤਾਂ ਹਾਉ ਗੱਲਾਂ ਕਿਤੇ ਹੁੰਦੀਆਂ ਮੇਰੇ ਵੀਰੇ ਹਾਉ ਸਾਹਮਣੇ ਫਿਰ ਨੰਬਰ ਜੋੜ ਲਈ ਵੱਡੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਆ ਜਿਹੜੇ ਤਿਆਰ ਵਰ ਤਿਆਰ ਨੇ ਵੀ ਲਾਗੇ ਬਰਸਿਮਗੜ ਉੱਗਦੀਆਂ ਮੱਕੀਆਂ ਨੇ ਬੜੀਆਂ ਦੀ ਸੋਚ ਵਾਲੇ ਕਰਦੇ ਤਰੱਕੀ ਵਾਲੇ ਲੈਵ ਜਿਹੜੇ ਕਿਹੜੇ ਜਿਹੜੇ ਖੋਪੜੀ ਦੇ ਪਾਲਦੇ ਨੇ ਇੱਕ ਦਿਨ ਉਹੀਓ ਬੰਦੇ ਸਦਾ ਕਰਦੇ ਹੁੰਦੇ ਨੇ ਸਤਾਰ ਕਦੇ ਦੇ ਕੇ ਉਹਦੀ ਮੇਰਾ ਅੱਡ ਸਾਲ ਜ਼ਿੰਦਗੀ ਦੇ ਸਾਧਣ ਵਾਲੇ ਭਾਈ ਹੁੰਦੇ ਨੇ ਜਿਹੜੇ ਉਮਰਾਂ ਸਾਂਭ ਲੈਂਦੇ ਜਿਹੜੇ ਸਿਹਤ ਨੂੰ ਸਾਂਭ ਲੈਂਦੇ ਆ ਤੇ ਫਿਰ ਉਹ ਦੁਨੀਆਂ ਦੇ ਮਹਾਨ ਬਣ ਜਾਂਦੇ ਆ ਇਧਰਲੇ ਪਾਸੇ ਵਿੱਕੀ ਕੈਨੇਡਾ ਵਾਲਾ ਕਹਿੰਦਾ ਵੀ ਦੱਸੇ ਦੇ ਟੱਪਿਆਂ ਦਾ ਨਾਮ ਸਰਵਾਈਵ ਕਰਦਾ ਆਪਾਂ ਬਹੁਤ ਬਹੁਤ ਧੰਨਵਾਦ ਹੈ ਗੱਲਬਾਤ ਪੇਜੇ ਬਾਲੀਵਾਲਾ ਵਾਲਾ ਬੜਾ ਕਹਿੰਦੇ ਪਿਆਰ ਸਤਿਕਾਰ ਹੈ ਵੀਰ ਸਾਡੇ ਦਾ ਉਹ ਵੀ ਉਹ ਜੇਤੇ ਤੌਰ ਤੇ ਪਹੁੰਚਿਆ ਹੋਇਆ ਵੀ ਸਾਨੂੰ ਫਖਰ ਦੋਸਤਾਂ ਤੇ ਯਾਰੀ ਸਾਡੀ ਦੇ ਹੁੰਦੇ ਦੂਰ ਦੂਰ ਤੱਕ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਜਾਰੀ ਰਹਿੰਦੇ ਤਰਖੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਜਾਰੀ ਰਹਿੰਦੇ ਤਰਖੇ ਹਾਏ ਸਭਰੇ ਵੀਰੇ ਉਹਦੇ ਕਹਿੰਦੇ ਅੰਗਰੇਜ਼ ਵੀ ਕਮਾਲ ਕਰੀ ਤਰੇ ਆਉਂਦਾ ਹੈ ਵੀ ਨੰਬਰ ਕਿੰਨੇ ਕਿੰਨੇ ਹੋਵੇ ਇੱਕ ਵਾਰੀ ਤਿੰਨ ਨੰਬਰ ਗਾਉਣ ਇੱਕ ਵਾਰੀ ਦੱਸੀ ਮੇਰਾ ਵੀਰ ਹਾਂਜੀ ਹਾਂ ਵੀਰੇ ਕਿੰਨੇ ਕਿੰਨੇ ਨੰਬਰ ਛੇ ਪੰਜ ਨੇ ਗੁਰੀ ਗੁਰੀ ਛੇ ਪੰਜ ਨੇ ਪੁਆਇੰਟ ਛੇ ਚਾਰ ਆ ਵੀਰੇ ਛੇ ਚਾਰ ਗੁਰੀ ਜੁਗੇਸ਼ ਸਿਹਾਗ ਜੀ ਕੀ ਹਾਲ ਕਿੰਨੇ ਹੋ ਗਏ ਛੇ ਛੇ ਹੋ ਗਏ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਹਾਂਜੀ ਹਾਂਜੀ ਬਾਬੇ ਚਾਰ ਛੇ ਅੱਠ ਚਾਰ ਅੱਠ ਚਾਰ ਆ ਵੀਰੇ ਸੋਰੀ ਛੋਡੇ ਅੱਠ ਆ ਉੱਧਰ ਚਾਰ ਆ ਹੈ ਨਾ ਅੱਠ ਚਾਰ ਆ ਵੀਰੇ ਅੱਠ ਹੈਗੇ ਨੇ
ਚੈਣੇਵਾਲ ਦੇ ਤੇ ਚਾਰ ਸਕੋਰ ਨੇ ਰੈਸਰ ਦੇ ਵੀਰੇ, ਤਿੰਨ ਤੇ ਲਾਇਆ ਹੈਗਾ ਬਾਈ ਬਾਲੀਵਾਲ 0-1 ਤੇ ਗੱਲਬਾਤ। ਬਹੁਤ ਵਧੀਆ ਮੈਚ ਜਿਹੜੇ ਖੇਡੇ ਜਾ ਰਹੇ ਜੀ। ਬੱਲੀ ਵਜੀਤਕੇ ਵਾਲਾ ਵੀ ਆਇਆ ਵਾ ਬਾਈ, ਆਪਣਾ ਭਰਾ ਬੱਲੀ ਵਜੀਤਕੇ ਨਾਲ ਹੀ ਜੰਤੀ ਟੱਪਾ ਪਾਟਵੇ ਦੇ ਮੋਹਣਾ ਪੁਲਸੀਆ ਸਾਡਾ ਵੀਰਕਾ ਦਾ ਵੀ ਕੈਨੇਡਾ ਦਾ ਵੀ ਲਾਇਆ ਹੋਇਆ ਬੈਠਾ ਬਾਈ, ਵਿੱਕੀ ਕੈਨੇਡਾ ਵਾਲਾ ਲਾਇਵ ਨਹੀਂ ਸਾਡੇ ਨਾਲ ਹੀ ਲਾਇਆ ਬਾਈ, ਇੱਧਰ ਨਹੀਂ ਹੈਗਾ ਬਾਈ, ਸਾਡੇ ਨਾਲ ਵੀ ਲਾਇਵ ਹੀ ਆ ਸਾਡਾ ਆਪਣਾ ਵੀ। ਸੱਤਾ ਹਰ ਗਿਆ ਵੀਰੇ, ਸੱਤਾ ਹਰ ਗਿਆ ਜਗਸੀਰ ਵੀਰੇ, ਸੱਤਾ ਖੇਡੇ ਦੀ ਬਾਰੇਕੇ ਚ ਬੋਲਣਾ ਕਿੱਥੇ ਮੈਂ ਕਿਉਂ ਬੋਲਣਾ ਮੈਂ ਕਿਉਂ ਇੱਧਰ ਨੇ ਵੀਰੇ ਦੱਸ ਕੀ ਕਰਨਾ। ਮੈਂ ਵੀ ਬਹੁਤ ਵਧੀਆ ਮੁਕਾਬਲੇ ਜਿਹੜੇ ਖੇਡੇ ਜਾ ਰਹੇ ਆ ਉਧਰ ਗਰਾਊਂਡ ਨੰਬਰ ਕਹਿੰਦੇ 3 ਦੇ ਵਿੱਚ ਵੀ ਬਹੁਤ ਟੋਪੀਆਂ ਮੈਚ ਹੈ ਮਰਦਾ ਹੈੜੀ ਔਰ ਮੁਕਾਬਲਾ ਜਿਹੜਾ ਬਹੁਤ ਵਧੀਆ ਟੀਮ ਦਾ ਖੇਡਿਆ ਜਾ ਰਿਹਾ ਗਰਾਊਂਡ ਨੰਬਰ 3 ਦੇ ਵਿੱਚ ਉਧਰ ਵੀ ਟੱਕਰ ਕਹਿੰਦੇ ਵੱਡੀ ਹੈ। ਅਨਿਲ ਜੋਧਪੁਰੀਆ 3 ਨੰਬਰ ਤੇ ਖੇਡਿਆ ਜਾ ਰਿਹਾ ਵੀਰੇ ਮੈਂ ਅਨਿਲ ਦਾ ਹਰ ਗਿਆ ਸੀ ਵੀਰੇ ਮੈਚ। ਹੈਲੋ ਬਹੁਤ ਤਕੜਾ ਮੈਚ ਜਿਹੜਾ ਖੇਡਦੇ ਮੈਦਾਨ ਦੇ ਵਿੱਚ ਜਿਹੜਾ ਖੇਡਿਆ ਜਾ ਰਿਹਾ ਮੇਰੇ ਮਿੱਤਰੋ, ਦੀਵਾਨ ਖੇਡੇ ਨੂੰ ਹਰ ਗਿਆ ਮੇਰੇ ਖਿਆਲ 'ਚ ਵੀਰੇ, ਗੱਲਾਂ ਬਾਤਾਂ ਕਿਤੇ ਦੀਵਾਨ ਖੇਡੇ ਹੋ ਰਿਹਾ ਵੀਰੇ ਦੀਵਾਨ ਖੇਡੀਆਂ ਹਾਂ ਮੇਰੇ ਵੀਰੇ, ਕਹਾਣੀ ਕਿਤੇ ਟਿਕਾਣੇ ਜਿਹੜੀ ਲੱਗਦੀ ਜਾ ਰਹੀ ਹੈ ਤੇ ਨੰਬਰ ਵੀ ਮੇਰੇ ਖਿਆਲ ਦੇ ਨਾਲ ਆਓ ਸਾਹਮਣੇ ਕਿਤੇ 6-8 ਦੀ ਟੱਕਰ ਹੈ। 6-8 ਜੀ, 6-8 ਵੀਰੇ ਲੈ ਵੀ 6-8 ਦਾ ਮੁਕਾਬਲਾ, 6 ਨੰਬਰ ਰਾਇਸਰ ਦੀ ਟੀਮ ਤੇ ਹੈ, 8 ਪੁਆਇੰਟ ਮਿੰਡੀ ਸ਼ਰਮਾ ਕਲਬ ਚੈਣੇਆਲ ਦੀ ਟੀਮ ਤੇ ਹੈ, 2 ਪੁਆਇੰਟਾਂ ਦਾ ਇਹਨਾਂ ਦੇ ਫਰਕ ਹੈ। ਦੀਆਂ ਤੇ ਵੇੜੇ ਹਉ ਧਰਤੀ ਮਾਂ ਤੇਰੀ ਗੋਦ ਨੂੰ ਚੰਦ ਫੇਰ ਵਸੇਰੇ, ਸੰਤ ਰਾਮਦਾਸ ਜੀ ਦੀ ਕਹਿੰਦੇ ਧਰਤੀ ਹੈ, ਰਾਇਸਰ ਪਿੰਡ ਦੇ ਨੇ ਬਰਨਾਲੀ ਦਾ ਕਹਿੰਦੇ ਵੱਡਾ ਪਿੰਡ ਹੈ ਮੇਰੇ ਮਿੱਤਰੋ, ਠੀਕਰੀਵਾਲ ਚੰਦਨਵਾਲ ਰਾਇਸਰ ਇਹ ਲਾਗੇ ਲਾਗੇ ਰਹਿੰਦੇ ਬੜੇ ਪ੍ਰਸਿੱਧ ਜੋ ਪਿੰਡ ਨੇ, ਔਰ ਕਹਿੰਦੇ ਆ ਮੁੰਡਿਆਂ ਨੇ ਵਾਲੀਬਾਲ ਖੇਡ ਖੇਡ ਕੇ ਪੂਰੀ ਦੁਨੀਆਂ ਭਰ ਦੇ ਉੱਤੇ ਪ੍ਰਸਿੱਧ
ਕਰ ਦਿੱਤੇ ਆ। ਲਓ ਰਾਏਸਰ ਦਾ ਜੱਸਾ ਸੈਂਟਰ ਦੇ ਵਿੱਚ ਆ ਗਿਆ ਮੇਰੇ ਮਿੱਤਰੋ, ਵੀ ਤੂੰ ਕਾਂ ਨੂੰ ਵੀ ਜਾਣਦੀ ਆ, ਤੂੰ ਇਲ ਨੂੰ ਵੀ ਜਾਣਦੀ, ਪੱਟੀਏ ਮਜਾਕੜੇ ਤੂੰ ਦਿਲ ਨੂੰ ਵੀ ਜਾਣਦੀ, ਮੁੰਡਾ ਕਦੇ ਦਿਲ ਪ੍ਰਧਾਨ ਦਾ ਉਹ ਕਦੇ ਬੱਚਾ ਬੱਚਾ ਤਰੀ ਦਾ ਮੁੰਡੇ ਵੀ ਖੇਡਦਾ, ਪਰ ਨਿੱਤ ਵਾਲਾ ਚੋਬਰ ਗਲਤੀ ਕਰ ਗਿਆ ਨਾ ਚਾਹੁੰਦਿਆਂ ਦੀ ਆ, ਔਰ ਸਫਲਤਾ ਜਿਹੜੀ ਆ ਮੈਂਡੀ ਸ਼ਰਮਾ ਕਲੱਬ ਚੈਨੇਆਲ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਈ ਆ। ਵੀ ਯਾਦਾਂ ਉਹਦੀਆਂ ਨੇ ਮੇਰਾ ਸਰਮਾਇਆ, ਤੇ ਸ਼ੱਕ ਵੱਧ ਵੱਧ ਖਾਂਦੀਆਂ ਤੇ ਬੰਦਾ ਜਿੰਨੀਆਂ ਵੀ ਚੀਜ਼ਾਂ ਚਾਹੁੰਦਾ ਜ਼ਿੰਦਗੀ 'ਚ ਉਹ ਸਾਰੀਆਂ ਵੀ ਮਿਲ ਜਾਂਦੀਆਂ, ਬੰਦਾ ਜਿੰਨੀਆਂ ਵੀ ਚੀਜ਼ਾਂ ਚਾਹੁੰਦਾ ਜ਼ਿੰਦਗੀ 'ਚ ਹਾਂ ਸਾਰੀਆਂ ਵੀ ਮਿਲ ਜਾਂਦੀਆਂ। ਵੀ ਆਸਾਂ ਕਰੋ ਬੰਦੇ ਦੀਆਂ ਹੁੰਦੀਆਂ ਨੀ ਪੂਰੀਆਂ, ਹਾਂ ਬਿਲਕਦਾ ਬਥੇਰਾ ਪਰ ਰਹਿੰਦੀਆਂ ਅਧੂਰੀਆਂ। ਉਹ ਟਾਂਗੇ ਵਾਲਾ ਕਹਿੰਦਾ ਮੇਰੇ ਕੋਲ ਲੰਬੀ ਕਾਰ ਹੋਵੇ, ਇਹ ਕਾਰ ਵਾਲਾ ਕਹਿੰਦਾ ਮੇਰੀ ਹਵਾ 'ਚ ਉਡਾਰ ਹੋਵੇ, ਦੇਖ ਕੇ ਜਹਾਜ਼ ਵੱਲੇ ਵੱਟਦਾ ਇਹ ਘੂਰੀਆਂ। ਆਸਾਂ ਕਰੇ ਬੰਦੇ ਦੀਆਂ ਹੁੰਦੀਆਂ ਨਾ ਪੂਰੀਆਂ, ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਾ ਪੂਰੀਆਂ, ਪਰ ਅੱਜ ਆਸਾਂ ਇਹ ਕਦੇ ਵੀ ਕਦੇ ਪੂਰੀਆਂ ਹੋਣਗੀਆਂ। ਟੀਚਰ ਦਿੱਤੇ ਜਾਣੇ ਆ ਜਿਹੜੇ ਜਿੱਤ ਕੇ ਮੁੰਡੇ, ਤੇ ਕਦੇ ਟੀਚਰ ਦਿੱਤੇ ਜਾਣਗੇ ਮੇਰੇ ਮਿੱਤਰੋ। ਇਹ ਬਰਲੇ ਪਾਸੇ ਫੇਰ ਆ ਗਿਆ ਬੱਲੇ 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 ਨਾਲ ਇਧਰ ਮੋਹਣਾ ਪੁਲਸੀ ਆ ਸਾਡਾ ਵੀਰ ਕਹਿ ਰਿਹਾ ਪੁਆਇੰਟ ਛੇ ਅੱਠ ਛੱਤੀ ਛੱਤੇ ਵੀ ਪੁਆਇੰਟ ਦੇਣੂਗਾ ਹਰ ਇੱਕ ਪੁਆਇੰਟ ਦਾ ਸਾਡਾ ਵੀਰ ਮੋਹਣਾ ਪੁਲਸੀ ਆ ਕਹਿੰਦਾ ਪੰਜ ਤਾਂ ਸੌ ਨੌ ਸੀ ਹੋ ਗਏ ਨੌ ਸੀ ਹਜ਼ਾਰ ਨੌ ਹੋ ਗਏ ਇੱਥੇ ਰੱਖ ਕੇ ਜੌਂਟੀ ਦੀ ਨੌ ਛੇ ਕਮਲਾ ਨੌ ਸੀ ਹੋ ਗਏ ਸਪੈਸ਼ਲ ਵੀਰ ਕਹਿੰਦਾ ਨਾਮ ਦੇ ਦਾਂਗੇ ਹਜ਼ਾਰ ਇੱਥੇ ਰੱਖ ਮੋਹਣਾ ਪੁਲਸੀ ਆ ਕਹਿੰਦਾ ਖਾਤੇ 'ਚ ਸਿੱਧੀ ਆਪਾਂ ਟ੍ਰਾਂਜੈਕਸ਼ਨ ਕਰ ਦੇਣੀ ਹੈ ਸੋਨੀ ਨੌ ਤੇ ਛੇ ਆ ਸਿਰ ਨਾਲ ਇਸ਼ਾਰਾ ਕਰੀ ਓਕੇ ਤਿੰਨ ਨੰਬਰ ਦੇ ਪੁਆਇੰਟ ਦੱਸ ਦਿਆਂ ਦੱਸ ਆ ਦੱਸ ਆ ਵੀਰੇ ਦੱਸ ਲੈ ਵੀ ਆਓ ਮੇਰਾ ਵੀਰ ਬਣ ਕੇ ਨੌ ਪੁਆਇੰਟ ਆ ਜਿਹੜੇ ਮੈਂਡੀ ਸ਼ਰਮਾ ਕਲੱਬ ਚੈਨੇਆਲ ਦੀ ਟੀਮ ਦੇ ਔਰ 6 ਪੁਆਇੰਟ ਜਿਹੜੇ ਮੈਂ ਤੱਕਣਾ ਵੀ ਰਾਏਸਰ ਦੀ ਟੀਮ ਦੇ ਨੇ ਆ ਤਿੰਨਾਂ ਪੁਆਇੰਟਾਂ ਦਾ ਕਹਿੰਦੇ ਫਰਕਾ ਖੇਡਦੇ ਮੈਦਾਨ ਦੇ ਵਿੱਚ ਵੀ ਕਦੇ ਨਾ ਗਰਾਊਂਡ 'ਚ ਪੱਜਣ ਥਾਪੀਆਂ ਮੇਦਿਆਂ 'ਚ ਸੁੱਟਣੇ ਜੇ ਚੌਲ ਤੇ ਕੜੀ ਤੇ ਉਹਨਾਂ ਕੀ ਆਜ਼ਾਦੀਆਂ ਦਾ ਰੇਟ ਪੁੱਛਣਾ ਚੱਕੀਆਂ ਦਾ ਜਾਣ ਇੱਜਤਾਂ ਤੇ ਅਕਲਾਂ ਨੂੰ ਪੈਂਦੇ ਕਦੇ ਚੋਰ ਨਹੀਂ ਹੁੰਦੇ ਲਿਮਟਾਂ ਤੇ ਚੱਕੀਆਂ ਦਾ ਜਾਣ ਅਣਖਾਂ ਤੇ ਅਕਲਾਂ ਨੂੰ ਪੈਂਦੇ ਕਦੇ ਚੋਰ ਨਹੀਂ ਹੁੰਦੇ ਮੈਂ ਚੋਟੀ ਦਾ ਅਗਲੀ ਸਰਵਿਸ ਕਰਦੇ ਲਈ ਮੁੰਡੇ ਤਿਆਰ ਵਰ ਤਿਆਰ ਨੇ ਉਹ ਤਿਆਰ ਵਰ ਤਿਆਰ ਨੇ ਖੇਡ ਦੇ ਮੈਦਾਨ ਵਿੱਚ ਜਿੱਧਰੋਂ ਸੌਰਵ ਪੁਰੀ ਦੇ ਭਰਾ ਸਾਡਾ ਉਹ ਵੀ ਨਾ ਮੈਚਾਂ ਨੂੰ ਲਾਈਨ ਤੱਕਦਾ ਬਹੁਤ ਵੱਡਾ ਧੰਨਵਾਦ ਹੈ ਸੌਰਵ ਪੁਰੀ ਦਾ ਵੀ ਹਾਂ ਖੜਕੇ ਦਰਕੇ ਕਹਿੰਦੇ ਵੱਡੇ ਹੋਏ ਪਏ ਆ ਮੇਰੇ ਵੀਰੋ ਬੈਠ ਕਹਿੰਦੇ ਚੋਟੀ ਦਾ ਜਿਹੜਾ ਖੇਡਿਆ ਜਾ ਰਿਹਾ ਪਟਾਕੇ ਕਹਿੰਦੇ ਪਏ ਹੋਏ ਨੇ ਠਾੜ ਠਾੜ ਹੋਈ ਜਾਂਦੀ ਆ ਮੋਹਣਾ ਪੁਰਸੀ ਆ ਸਾਡਾ ਵੀਰ ਕਹਿੰਦੇ ਨੇ ਚੋਟੀ ਵਾਲੇ ਟੂਰਨਾਮੈਂਟ ਜਿੱਤਦਾ ਹੈਗਾ ਖਾਤੇ ਚ ਪਾ ਲੈਣੇ ਵੀਰ ਸੋਡਾ ਕਹਿੰਦਾ ਤੇ ਚਰਚੇ ਵੱਡੇ ਆ
ਨਾਲ ਹੀ ਇਧਰਲੇ ਪਾਸੇ ਜੱਸੂ ਦਾ ਭਰਾ ਸਾਡਾ ਕਰਾਰ ਮਾਜਰੇ ਵਾਲਾ, ਉਹ ਕਹਿੰਦਾ ਵੀ ਜੋਗੀ ਜੱਸੇ ਦੇ ਗੁੱਡੀਆਂ ਬਾਲਾਂ ਲਾ ਦੇਵੇ ਤੇ ਉਹਨੇ 11-1100 11-1100 ਦਿੱਤੇ ਜਾਣਗੇ। ਜੋਟੀ ਜੱਸੇ ਨੇ ਜਿੰਨੀਆਂ ਬਾਲਾਂ ਲਾਉਂਦਾ ਤੇ ਉਹਨੇ 11-1100 ਦੇ ਨਾਲ ਵੱਡੇ ਮਾਣ ਸਨਮਾਨ ਜਿਹੜੇ ਕੀਤੇ ਜਾਣਗੇ। ਬਹੁਤ ਵੱਡਾ ਧੰਨਵਾਦ ਇੱਧਰ ਬਾਈ ਗੁਰਦੀਪ ਹੋਣਾ ਬੋਲੀਓ, ਬਹੁਤ ਸਾਰਾ ਮਾਣ ਜਿਹੜਾ ਇਹਨਾਂ ਬੋਲਾਂ ਬੋਲੀ ਆਇਆ, ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ। ਹੈਲੋ ਲੈ ਬਈ ਸੋਚਾਂ ਦੇ ਵਿਚਾਰਾਂ ਨੇ ਇੰਦਰ ਬਾਈ ਬਹੁਤ ਬਹੁਤ ਧੰਨਵਾਦ ਆ ਜੀ, ਵਧੀਆ ਮੁਕਾਬਲਾ ਜਿਹੜੇ ਖੇਡੇ ਜਾ ਰਹੇ ਖੇਡ ਦੇ ਮੈਦਾਨ ਦੇ ਵਿੱਚ। ਪੁਆਇੰਟ ਦੱਸਦੇ ਆ ਤਰਨ ਕਿੰਨੇ ਹੋ ਗਏ? ਕੋਈ ਗੱਲ ਕੋਈ ਗੱਲ ਨੀ, ਆਲ ਰਾਊਂਡਰ ਹੈ ਚਰਚੇ ਦੇ ਵੱਡੇ ਵਾਲੇ ਜੀ ਰਾਜਵਿੰਦਰ, ਆਲ ਰਾਊਂਡਰ ਵੀ ਆਏ ਹੋਏ ਆ ਲੱਗੂਗੀ। ਇੱਧਰ ਰਾਜਵਿੰਦਰ ਕਹਿੰਦੇ ਉਚੇਚੇ ਤੌਰ ਤੇ ਆਏ ਹੋਏ ਚਿੜੀਆ, ਹੋਰ ਗੱਲਾਂ ਕਹਿੰਦੇ ਹੁੰਦੀਆਂ ਨੇ ਵੀ ਰਾਜਵਿੰਦਰ 21 ਤਰੀਕ ਕਰਦੀ ਫਤਿਹਪੁਰ ਦੇ ਟੂਰਨਾਮੈਂਟ ਦੀ 21 ਤਰੀਕ ਹੋ ਰਹੀ ਹੈ ਲੈ ਵੀ 21 ਤਰੀਕ ਹੈ 21 ਤਰੀਕ ਨੂੰ ਕਹਿੰਦੇ ਫਤਿਹਪੁਰ ਜੀ ਭਰਾ ਵੀ ਆਪਾਂ ਜਿਹੜੀਆਂ ਰੌਣਕਾਂ ਲਾਵਾਂਗੇ ਵੀ ਫਤਿਹ ਫਤਿਹ ਨਹੀਂ ਕਰਾਉਣੀ ਤੇਰੇ ਸ਼ਹਿਰ ਚ, ਕੰਮ ਫਤਿਹ ਕਰਵਾਉਣਾ ਸਾਡੇ ਪਿਆਰ ਦਾ, ਅੱਜ ਛੰਨਾ ਚ ਸਲੂਟ ਮੈਨੂੰ ਵੱਜਦੇ ਰੋਬ ਸਦਾ ਦੀ ਰਹਿਣਾ ਨੀ ਤੇਰੇ ਯਾਰ ਦਾ। ਉੱਧਰ ਥੋੜ੍ਹਾ ਕੋਈ ਨਹੀਂ ਕੋਈ ਨਹੀਂ, ਨਿੰਮੇ ਹੋ ਗਈ ਸੋਲਵ, ਦੱਸਾਂਗੇ ਤੈਨੂੰ ਤੜਕੇ ਦੱਸਾਂਗੇ। ਪੁਆਇੰਟ 11 ਸੀ ਨੇ। ਹਾਂਜੀ ਹਾਂਜੀ ਆਸ਼ਮ ਸ਼ਾਨਾ ਜੀ ਕੀ ਕੈਮਰਾ ਜੀ
ਇੱਧਰ ਘੁਮਾਉਣਾ ਵੀਰੇ ਕੈਮਰਾ ਉਸਤਾਦ ਜੀ ਨਿੰਮਾ ਨਹੀਂ ਚਾਹੁੰਦਾ ਅਰਸ਼ ਵੀਰੇ ਅਜੇ ਵਧੀਆ ਵਧੀਆ ਬਾਈ ਹਰਜਿੰਦਰ ਡੋਲਟ ਕੀ ਹਾਲ ਨੇ ਯਾਰਾ ਬਾਹਰ
ਔਰ ਯਾਰ ਮੇਰੀ ਗੱਲ ਸੁਣ ਲੰਬੜਾ ਹੈਲੋ ਔਰ ਯਾਰ ਮੇਰੀ ਗੱਲ ਸੁਣੋ ਦੋਨੇ ਜਾਣੇ ਇਹਨੂੰ ਵੀ ਬੁਲਾ ਲਿਆ ਹਾਂਜੀ ਹਾਂਜੀ ਪਿਰਤਵਾਲ ਬਰਾੜ ਤੂੰ ਜਾਈ ਮੜਾ ਆ ਪਟਿਆਲੇ ਦਾ ਮੇਰੇ ਮਿੱਤਰ ਸਮਾਣੇ ਦਾ ਇਲਾਕਾ ਗੱਲਾਂ ਚੌੜੀਆਂ ਉਸ ਇਲਾਕੇ ਦਾ ਧਨਿੱਖਾ ਪਿੰਡ ਬੜਾ ਪ੍ਰਸਿੱਧ ਹੈ ਪਰ ਇੱਧਰ ਖੁੱਲੀ ਵਾਲੀ ਸਨੀ ਪੁੱਜਾ ਮਹਾਨ ਖਿਡਾਰੀ 8-11 ਹੋ ਗਏ ਬੀਤੇ 8-11 ਵੀਰੇ ਨੰਬਰਦਾਰ ਵੀਰੇ ਭਾਈ ਬਲਵੰਤ ਯਾਦ ਕਰਦਾ ਭਰਾ ਜ਼ਰੂਰ ਸੰਪਰਕ ਕਰ ਲਈ ਵੀਰੇ ਮੇਰੀ ਬੇਨਤੀ ਹੈ ਇੱਧਰ ਸੋਹਣਾ ਮੈਚ ਖੇਡਿਆ ਜਾ ਰਿਹਾ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ ਟੱਕਰ ਜਿਹੜੀ ਵੱਡੀ ਆ ਨਲੀਆਂ ਨਾਲ ਆਊਟ ਟੀਮਾਂ ਮੈਂ ਦੇਖਦਾ ਵੀ ਵੱਡੀਆਂ ਖੇਡ ਰਹੀਆਂ ਨੇ 8 ਤੇ ਇੱਧਰ 11 ਦੀ ਟੱਕਰਾਂ ਨਲੀਆਂ ਨਾਲ ਔਰ ਫਰਕ ਜਿਹੜਾ 3 ਪੁਆਇੰਟਾਂ ਦਾ ਮਾਲਵਾ ਫਿਲਟ ਦੇ ਵੱਡੇ ਪੇਜ ਉੱਤੇ ਔਰ ਕਹਿੰਦੇ ਸੰਗਤ ਜੁੜੀ ਹੋਈ ਹੈ ਅੱਜ ਦੇ ਇਸ ਵੱਡੇ ਕੱਪ ਦੇ ਉੱਤੇ ਨਲੀਆਂ ਨਾਲ ਔਰ ਦੁਨੀਆਂ ਦੇ ਵੱਡੇ ਮੇਲੇ ਔਰ ਗੱਭਰੂ ਬਾਈ ਜੀ ਮਹਿਲ ਖੁਰਦਾ ਦਾ ਨਵਾਬ ਉਹ ਭਰਾ ਸਾਡਾ ਚਾਂਗੀ ਦੇ ਵਰਿੰਦਰ ਦੇ ਨਾਲ ਸੰਪਰਕ ਕਰ ਲਵੇ ਨਵਾਬ ਮਹਿਲ ਖੁਰਦਾ ਦਾ ਸਾਡਾ ਵੀਰ ਜਿੱਥੇ ਮੇਰੀ ਆਵਾਜ਼ ਨੂੰ ਸੁਣਦਾ ਤੇ ਚਾਂਗੀ ਦੇ ਵਰਿੰਦਰ ਦੇ ਨਾਲ ਜ਼ਰੂਰ ਸੰਪਰਕ ਕਰ ਲਵੇ ਮੇਰੀ ਬੇਨਤੀ ਹੈ ਸਾਡੇ ਵੀਰ ਨੂੰ ਬਹੁਤ ਪਿਆਰਾ ਤੇ ਸਤਿਕਾਰਯੋਗ ਮਿੱਤਰ ਸਾਡੀ ਜ਼ਿੰਦਗੀ ਦਾ ਗੰਗੋਰਾ ਨਗਰ ਮੇਰੇ ਮਿੱਤਰੋ ਹਰ ਪਹਿਲੀ ਵਾਰੀ ਉਸ ਨਗਰ ਦੇ ਵਿੱਚ ਆਏ ਹਾਂ ਨਵੀਆਂ ਨੂੰ ਬਹੁਤ ਵੱਡਾ ਧੰਨਵਾਦ ਕਰਦੇ ਸਮੁੱਚੇ ਨਗਰ ਦਾ ਔਰ ਬਾਈਆਂ ਨੇ ਬਹੁਤ ਚੋਟੀ ਦਾ ਪ੍ਰਬੰਧ ਕਰਕੇ ਮੇਲਾ ਕਰਵਾ ਰਹੇ ਹੈ ਓਕੇ 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 ਲਾਡੀ ਠੀਕ ਆ ਵੀਰੇ
ਸਰਵਿਸ ਬਾਈ ਨਹੀਂ ਨਹੀਂ ਆਪੇ ਹਰੂ ਬੋਣੇ ਫੜਾ ਦੇ ਬੋਣੇ ਫੜਾ ਦੇ ਨੂੰ ਬੋਣੇ ਫੜਾ ਦੇ ਮੋਈ ਕਾਣੂ ਨਾ ਨਾ ਆ ਗੱਲ ਤਾਂ ਨਹੀਂ ਬੋਣੇ ਨੂੰ ਫੜਾ ਦੇ ਬੋ ਲੂ ਮੁੰਡਾ ਬੋਲ ਸੀ ਨਹੀਂ ਨਹੀਂ ਇਹਦਾ ਇਹਦਾ ਕਮੈਂਟ ਤੋਂ ਖੁਸ਼ ਹੋ ਗਏ ਬੋਲਦੇ ਵੀਰੇ ਬੋਲਦਾ ਮੁੰਡਾ ਬੋਲ ਸੀ ਮੁੰਡੇ ਜਿੱਤ ਗਏ ਆ ਜੋਧਪੁਰੀਏ ਦਾ ਮੈਚ ਜਿਹੜਾ ਬਹੁਤ ਸੋਹਣੇ ਮੁਕਾਬਲੇ ਜਿਹੜੇ ਖੇਡੇ ਜਾ ਰਹੇ ਨੇ ਇੱਧਰ ਇੱਕ ਵੱਡੀਆਂ ਖੇਡਾਂ ਨੇ ਇੱਧਰ ਮੇਰੇ ਮਿੱਤਰ ਟੀਮਾਂ ਨੇ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਉਹ ਮੁੰਡੇ ਆਪਸ ਦੇ ਵਿੱਚ ਭਿੜ ਰਹੇ ਹਨ ਨਾ ਸੱਜਣ ਖੇਡ ਦਾ ਸਤੀਰ ਵਾਲੀ ਪਿੰਡ ਆ ਸਾਡੇ ਜ਼ਿੰਦਗੀ ਦੇ ਬਹੁਤ ਹੀ ਸਤਿਕਾਰਯੋਗ ਭਰਾ ਦਾ ਬੜਾ ਪਿਆਰਾ ਤੇ ਸਤਿਕਾਰਯੋਗ ਮਿੱਤਰ ਹੈ ਔਰ ਦਵਾਵਾਂ ਨੇ ਸਾਡੇ ਵੀਰ ਦੇ ਲਈ ਬੜੀ ਕਹਿੰਦੇ ਮੇਰੇ ਮਿੱਤਰ ਮਿਹਨਤ ਕੀਤੀ ਆ ਔਰ ਮੁੰਡਾ ਵਾਸ਼ ਮਸ਼ੀਨ ਦਾ ਜੇਤੂ ਰਿਹਾ ਬਰੂਵਾਲੀ ਦੇ ਵੱਡੇ ਮੇਲੇ ਤੋਂ ਔਰ ਉਸੇ ਮੇਲੇ ਦਾ ਤੇ ਕਹਿੰਦੇ ਬਾਬੇ ਨੇ LED ਜਿੱਤੀ ਤੇ ਉਸੇ ਮੇਲੇ ਤੋਂ ਕਹਿਣੇ ਵਾਲੀ ਇਹ ਪਰਮਣੇ ਮੇਰੇ ਮਿੱਤਰੋਂ ਇੱਕ ਕਹਿੰਦੇ ਵਾਸ਼ ਮਸ਼ੀਨ ਜਿੱਤ ਕੇ ਤੇ ਇਤਿਹਾਸ ਰਚੇ ਆ ਕਹਿਣੇ ਵਾਲੀ ਇਹ ਪਰਮ ਦਾ ਮਾਣ ਜਿਹੜਾ ਉਹ ਸੰਗਰੂਰ ਦੇ ਮੇਲੇ ਤੇ ਕੱਟੀ ਦੇ ਨਾਲ ਕੀਤਾ ਗਿਆ ਮੈਂਟੀ ਸ਼ਰਮਾ ਪ੍ਰਿਆਮ ਖੇੜੇ ਵਾਲੇ ਉਹ ਸਾਡੇ ਵੱਡੇ ਵੀਰ ਵੱਲੋਂ ਪਰ ਇੱਧਰ ਮੈਂ ਵੇਖਦਾ ਵੀ ਮੁੰਡੇ ਲੋਕਾਂ ਦੇ ਦਿਲ ਜਿੱਤੀ ਬੈਠੇ ਆ ਬਹਾਦਰ ਗੜੀਏ ਰਵੀ ਵੀ ਉਹ ਦੁਨੀਆਂ ਦਾ ਇੱਕ ਵੱਡਾ ਮਹੱਲਾ ਹੈ ਨੰਬਰ ਮੇਲੇ ਦਾ 12 ਹੋ ਗਏ 12 ਤੇ 8 ਦੀ ਟੱਕਰ ਹੈ ਉਧਰ ਭਰਾ ਸਾਡਾ ਮੋੜਾ ਪੁਲਸੀ ਆ ਭਰਾ ਕਹਿੰਦਾ ਵੀ ਜੇ ਚੱਲਦਾ ਹੋਇਆ ਮੈਚ ਬਈ ਆਪਦਾ ਚੌਂਟੀ ਜਿੱਤ ਜਾਵੇ ਤੇ ਚੌਂਟੀ ਦਾ ਮਾਣ ਆਪਾਂ 3100 ਦੀ ਨਕਦ ਰਾਸ਼ੀ ਦੇ ਨਾਲ ਕਰ ਦਿਆਂਗੇ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਔਰ ਸੋਚਿਆ ਕਰੋ ਸਮਝਿਆ ਕਰੋ ਵੀਰ ਬਣ ਕੇ ਮੇਰੀ ਬੇਨਤੀ ਹੈ ਸਾਡੇ ਸਾਰੇ ਸਤਿਕਾਰਯੋਗ ਭਰਾਵਾਂ ਨੂੰ ਪਿੰਡ ਠੀਕ ਹੈ ਠੀਕ ਹੈ।
ਪਿੰਡ ਵੀ ਆਇਆ ਤੈਨੂੰ ਕੁਛ ਨਹੀਂ ਤੁਹਾਡੇ ਪਤਾ ਨਹੀਂ ਦਰਦ ਗੁਰੂ ਜੀ ਮੈਂ ਨੰਬਰਦਾਰ ਹੋ ਜਾਣਾ ਉਹਦੇ ਯਾਰ ਬਿੱਲੀ ਆਉਣਗੇ ਆਉਣਗੇ ਸੱਦੂ ਹਨਾ ਕੰਜਰ ਉਹ ਵੀ ਸੱਦੂ ਹੈਲੋ ਅੱਛਾ ਕਿੱਥੇ ਤੁਹਾਡੇ ਪਿੰਡ ਅੱਜ ਕਾਹਦੀ ਦੂਰ ਹੋਈ ਅੱਜ ਨਹੀਂ ਉਹ ਸੀਗਾ ਮਹਿਲ ਖੁਰਦ ਦੀ ਟੀਮ ਆ ਜਾਵੇ ਤੇ ਨਾਲ ਖਿਡਾਰੀ ਆ ਜਾਣ ਭਰਾ ਬਣ ਕੇ ਮੇਰੀ ਬੇਨਤੀ ਹੈ ਦਲਸ਼ਾਦ ਤੇ ਨੰਬਰਦਾਰ ਗੀਤੇ ਨੂੰ ਮਿਲੋ ਸਟੇਜ ਤੇ ਮਿਲੋ ਦਲਸ਼ਾਦ ਤੇ ਨੰਬਰਦਾਰ ਗੁਰਦੀਪ ਢਾਲੀਆ ਨੂੰ ਮਿਲੋ ਆ ਕੇ ਰਾਓ ਸਾਹਮਣੇ ਤੇ ਨੰਬਰ 14 ਹੋ ਗਏ ਵੀਰੇ 15 ਕਿੰਨੇ ਤੇ ਆਪਾਂ ਸੁਣੇ ਵੀਰੇ 17 ਤੇ 19 ਤੇ ਦੱਸੀ 19 ਤੇ ਓਕੇ ਜੀ 19 ਤੇ ਆਪਾਂ ਇੱਧਰ 15 ਤੇ 8 ਦੀ ਟੱਕਰ ਓਕੇ ਜੀ 15 ਤੇ 8 ਦੀ ਟੱਕਰ ਫਰਕ ਜਿਹੜਾ ਅੱਧੋ ਅੱਧਾ ਪੈ ਗਿਆ ਨੌਜਵਾਨ ਕੀ ਹੈ ਯਾਰ ਮੈਂ ਤਾਂ ਪਹਿਲੀ ਵਾਰੀ ਦੇਖਿਆ ਲਾਓ ਇੱਧਰ ਮੈਚ ਜਿਹੜਾ ਮੇਰੇ ਮਿੱਤਰ ਚੋਟੀ ਦਾ ਖੇਡਿਆ ਜਾ ਰਿਹਾ 16 ਤੇ ਨੌਜਵਾਨ 8 ਦੀ ਟੱਕਰਾ ਫਰਕ ਜਿਹੜਾ ਅੱਧੋ ਅੱਧਾ ਪੈ ਗਿਆ ਮੇਰੇ ਮਿੱਤਰੋ ਉਧਰ ਜੁਝਾਰ ਸਰਵਿਸ ਕਰਨ ਦੇ ਲਈ ਬਿਲਕੁਲ ਹਰ ਵਾਰ ਤਿਆਰ ਹੈ ਮੇਰੇ ਦਲਸ਼ਾਦ ਗੁਰਪ੍ਰੀਤ ਬੱਸੀਆ ਨੂੰ ਆ ਕੇ ਮਿਲੇ ਸਟੇਜ ਤੇ ਖੜਾ ਭਰਾ ਸਾਡਾ ਗੁਰਪ੍ਰੀਤ ਬੱਸੀਆ ਗੰਗੋਰਾ ਨੰਬਰਦਾਰ ਜਲਦੀ ਮੇਰੇ ਵੀਰੇ ਆ ਕੇ ਵੇਟ ਕਰ ਰਹੇ ਹਾਂ ਅਸੀਂ ਜਲਦੀ ਆ ਕੇ ਮਿਲੇ ਵੀਰੇ ਦਲਸ਼ਾਦ ਗੁਰਪ੍ਰੀਤ ਬੱਸੀਆ ਗੰਗੋਰ ਨੰਬਰਦਾਰ ਬੇਨਤੀ ਕਰ ਰਿਹਾ ਕਿ ਦਲਸ਼ਾਦ ਸਾਡਾ ਭਰਾ ਆ ਕੇ ਮਿਲੇ ਗਰਾਊਂਡ ਇੱਧਰ ਬਹੁਤ ਤਕੜਾ ਮੁਕਾਬਲਾ ਜਿਹੜਾ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਨੌਜਵਾਨ ਔਰ ਸਾਹਮਣੇ ਮੈਂ ਵੇਖਦਾ ਵੀ ਨੰਬਰ ਇੱਧਰ ਲਾਸਟ ਆ ਗਿਆ ਯਾਰ ਨੰਬਰ ਜਿਹੜਾ ਇੱਧਰ ਲਾਸਟ ਆ ਗਿਆ ਮੇਰੇ ਮਿੱਤਰੋ ਗਰਾਊਂਡ ਦੇ ਵਿੱਚ
ਔਰ ਉਧਰ ਵੀ ਇੱਕ ਖੇਡ ਵੱਡੀ ਆ ਮੇਰੇ ਮਿੱਤਰੋ, ਵੀ ਨੱਚਦੀ ਜਵਾਨੀ ਚੰਗੀ ਲੱਗੇ, ਹੱਸਦੀ ਤੇ ਖੇਡਦੀ। ਬਾਈ ਜੀ ਇੱਕ ਨੰਬਰ ਗਰਾਊਂਡ ਦੀਆਂ ਟੀਮਾਂ ਪਹੁੰਚਣ ਵੀਰੇ, ਮੇਰੀ ਬੇਨਤੀ ਹੈ ਇੱਕ ਨੰਬਰ ਗਰਾਊਂਡ ਦੀਆਂ ਟੀਮਾਂ ਪਹੁੰਚਣ। ਨੰਬਰਦਾਰ ਦੇ ਸਾਹਿਬ ਆ ਕੇ ਗੁਰਪ੍ਰੀਤ ਬੱਸੀਆਂ ਨੂੰ ਮਿਲੇ ਜਾਂਦੀ ਸਟੇਜ ਤੇ। ਇੱਧਰ ਨੰਬਰ ਜਿਹੜਾ ਲਾਸਟ ਆ ਗਿਆ ਮਿੱਤਰਾ ਚੈਨੇਵਾਲ ਦੀ ਟੀਮ ਦਾ, ਔਰ ਇੱਧਰ ਮੈਂ ਵੇਖਦਾ ਵੀ ਰਾਜਸਥਾਨ ਦੀ ਟੀਮ ਦੇ ਨੰਬਰ ਜਿਹੜੇ ਮੇਰੇ ਮਿੱਤਰ 8 ਨੇ। ਬਹੁਤ ਚੋਟੀ ਦਾ ਮੁਕਾਬਲਾ ਸੱਜਣ ਔਨ ਫਾਇਰ ਹੈ, ਇਹ ਤੇਰਾ ਰਿਕਾਰਡ ਨਹੀਂ ਤੋੜ ਸਕਦਾ ਕੋਈ ਮਹਿਲ ਖੁਰਦ ਵਾਲਿਆ। ਗਲਤੀ ਕਰਦਾ ਹੁਣ ਤੈਨੂੰ ਪਤਾ, ਬਹੁਤ ਵਾਰੀ ਦੇਖਿਆ ਇੱਕ ਦਿਨ ਮੁੰਡੇ ਫਸੀ ਤੂੰ ਕਿੰਨਾ ਉਧਰ ਮੋਹਣਾ ਪੁਲਸੀਆ ਭਰਾ ਸਾਡਾ ਕਹਿੰਦਾ ਵੀ ਜੋਟੀ ਜਿੰਨੇ ਨੰਬਰ ਜੋੜਦਾ ਹਰ ਇੱਕ ਨੰਬਰ ਦਾ ਆਪਾਂ 500 ਦੇ ਦਿਆਂਗੇ। ਬਾਈ ਜੀ ਮੈਲ ਖੁਰ ਦੀ ਟੀਮ ਪਹੁੰਚੇ ਗਰਾਊਂਡ ਨੰਬਰ 1 ਦੇ ਵਿੱਚ। ਮੇਰੀ ਬੇਨਤੀ ਹੈ ਭਰਾ ਬਣ ਕੇ ਤੇ ਨਾਲ ਮੁੰਡੇ ਆ ਜਾਣ ਜੋਧਪੁਰ ਦੀ ਧਰਤੀ ਤੇ। ਚਾਰ ਲੈ ਪਏ ਬਾਈ, ਚਾਰ ਨਹੀਂ ਬਈ ਅੱਠ ਪਤਾ ਨਹੀਂ ਭਰਾਵਾ ਕਿੱਧਰ ਗਏ। ਬਾਈ ਜੀ ਦਿਲਸ਼ਾਦ ਤਲਵੰਡੀ ਜਿੱਥੇ ਮੇਰੀ ਵਿਆਜ ਨੂੰ ਸੁਣਦਾ ਭਰਾ ਸਾਡਾ, ਇੱਧਰ ਬਾਈ ਗੁਰਪ੍ਰੀਤ ਭਰਾ ਸਾਡਾ ਬੱਸੀਆਂ ਵਾਲਾ ਵੀਰ ਦੇ ਨਾਲ ਸੰਪਰਕ ਕਰ ਲਏ ਭਰਾ ਸਾਡਾ, ਮੇਰੀ ਬੇਨਤੀ ਆ ਵੀਰ ਸਾਡੇ ਨੇ ਤੈਨੂੰ ਵੀ ਪਤਾ ਇਹਨਾਂ ਦੀ ਹਿੰਟ ਦਾ ਵੀ ਜੇ ਕਿਤੇ 10 ਤੋਂ 11 ਹੋ ਜਾਏ ਨਾ ਫਿਰ 11 ਤੋਂ 19 ਹੁੰਦੇ ਆ, ਬਹੁਤੀ ਟਾਈਮ ਨੀ ਲੱਗਣਾ ਮਿੱਤਰਾ ਇਹਦੇ ਵਿੱਚ ਕੋਈ ਸ਼ੱਕ ਨੀ। ਆਹ ਚਰਚੇ ਕਹਿੰਦੇ ਵੱਡੇ ਆ, ਇਹ ਵੀ ਮੁੰਡੇ ਮੇਰੇ ਮਿੱਤਰੋ ਪੂਰੇ ਹਿੰਟ ਦੇ ਪੱਕੇ ਨੇ। ਹੈਲੋ
ਨਾ ਕੋਈ ਨੰਬਰ ਕਰੀ ਮੈਂ ਤੇ ਚਲੋ ਦਸਾਂ ਨੂੰ ਤੇ ਨਿਕਲਾ ਦੇ ਯਾਰ ਕੀ ਹੋ ਗਿਆ ਓਏ ਆ ਜਾ ਓਏ ਲਓ ਨੰਬਰ ਮੇਰੇ ਮਿੱਤਰੋ ਗੱਭਰੂਆਂ ਨੇ 11ਵਾਂ ਜੋੜ ਦਿੱਤਾ ਆਪਣੀ ਟੀਮ ਦੇ ਲਈ 11 ਤੇ 18 ਦੀ ਟੱਕਰ ਜਿਹੜੀ ਖੇਡ ਮੈਦਾਨ ਦੇ ਵਿੱਚ ਖੇਡੀ ਜਾ ਰਹੀ ਹੈ 11 ਤੇ 18 ਦੀ ਜਿਹੜੀ ਖੇਡ ਆ ਉਹ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਮੇਰੇ ਮਿੱਤਰੋ 11 ਨੰਬਰ ਆ ਰਾਜਸਥਾਨ ਵਾਲੇ ਮੁੰਡਿਆਂ ਦੇ ਤੇ 18 ਨੰਬਰ ਆ ਜਿਹੜੇ ਗਰਾਊਂਡ ਦੇ ਅੰਦਰ ਮੈਂ ਵੇਖ ਰਿਹਾ ਮੇਰੇ ਮਿੱਤਰੋ ਉਹ ਚੈਨਲ ਦੀ ਟੀਮ ਦੇ ਉੱਥੇ ਚਲਾ ਗਿਆ ਜਗਦੀਪ ਭਾਈ ਪਾਣੀ ਪਹੁੰਚਦਾ ਕਰੋ ਯਾਰ ਪਾਣੀ ਵਾਲੇ ਬਾਬਾ ਜੀ ਆਪ ਤਾਂ ਚਲੇ ਗਏ ਮੈਨੂੰ ਲੱਗਦਾ ਪਾਣੀ ਪਹੁੰਚਦਾ ਕਰਦੇ ਭਰਾ ਬਣ ਕੇ ਜਾਂ ਕੋਈ ਹੋਰ ਕਲੱਬ ਵਾਲਾ ਵੀਰ ਹੋਵੇ ਯਾਰ ਉਹ ਪਹੁੰਚਦਾ ਕਰ ਦੋ ਵੀਰੇ ਆ ਜਾ ਉਰੇ ਹੈਪੀ ਬਾਈ ਉੱਤੇ ਹੁਣ ਚਲੇ ਗਏ ਮੈਨੂੰ ਲੱਗਦਾ ਮੈਂ ਹੁਣ ਕਲੱਬ ਵਾਲੇ ਨੂੰ ਕਿਹਾ ਵੀ ਬਾਈ ਪਾਣੀ ਲਿਆ ਦੋ ਇੱਥੇ ਤਰਨ ਹੁਣ ਤੈਨੂੰ ਵੀ ਪਤਾ ਮੈਂ ਇਹੀ ਸ਼ਬਦ ਬੋਲੇ ਸੀ ਬਾਈ ਕਲੱਬ ਵਾਲੇ ਵੀਰ ਯਾਰ ਪਾਣੀ ਲਿਆ ਕੇ ਦੋ ਯਾਰ ਵੀਰ ਬਣ ਕੇ ਗਰਾਊਂਡ ਦੇ ਵਿੱਚ ਬੁਰੇ ਦਾ ਸਾਹਿਬ ਤੇ ਨੰਬਰਦਾਰ ਕਿੰਨੇ ਮੈਂ ਬਣ ਗਏ ਨੰਬਰ ਯਾਰ ਕਿੱਧਰ ਬਣ ਗਏ ਸੀ ਗਰਲਾਲ ਬਾਈ ਬਣ ਕੇ ਰੋਸ਼ਮੈਂਟ ਕਰਨਾ ਕਿੱਧਰ ਬਣ ਗਏ ਭਰਾ ਤੁਨੇ ਸ਼ੇਰੇ ਪੰਜਾਬ ਚਮਚਾ ਜੀ ਉਹ ਭੱਜ ਗਿਆ ਉਹ ਮੇਰੀ ਬੇਨਤੀ ਆ ਭਰਾ ਬਣ ਕੇ ਪਾਣੀ ਵਾਲਾ ਵੀਰ ਤੇ ਚਲੇ ਗਏ ਯਾਰ ਉਹ ਨਵਾਬ ਨਵਾਬ ਕਿੱਥੇ ਆ ਹੈਲੋ
ਮੈਂਟਰੀ ਬਹੁਤ ਵੱਡਾ ਧੰਨਵਾਦ ਇੱਧਰ ਸਤਿਕਾਰਯੋਗ ਵੀਰ ਸਾਡੀ ਜ਼ਿੰਦਗੀ ਦੇ ਪਰ ਸਾਹਮਣੇ ਮੈਨੂੰ ਲੱਗਦਾ ਵੀ ਨੰਬਰ 11 ਤੋਂ 12 ਹੋ ਗਏ ਮਿੱਤਰਾ ਲਓ ਸਾਹਮਣੇ ਨੰਬਰ 11 ਤੋਂ 12 ਹੋ ਗਏ ਆਓ 12 ਹੁੰਦੇ ਹੁਣ ਬਹੁਤੀ ਦੇਰ ਨਹੀਂ ਹੋਣੀ ਮਿੱਤਰਾ ਬਹੁਤ ਵੱਡਾ ਧੰਨਵਾਦ ਮੈਂ ਤੇ ਕਰਦਾ ਸਮੁੱਚੀ ਪ੍ਰਬੰਧਕੀ ਕਮੇਟੀ ਦਾ ਪ੍ਰਬੰਧਕ ਵੀਰਾਂ ਦਾ ਦਿਲੋਂ ਧੰਨਵਾਦ ਹੈ ਜਿਹੜੇ ਵੀਰ ਸਾਡੇ ਆਹ ਵੱਡਾ ਮੇਲਾ ਕਰਵਾ ਰਹੇ ਆ ਮੇਰੇ ਮਿੱਤਰੋ ਖੇਡ ਦੇ ਗਰਾਊਂਡ ਦੇ ਵਿੱਚ ਭਾਈ ਜੀ ਉੱਧਰ ਇੱਕ ਨੰਬਰ ਗਰਾਊਂਡ ਦੀਆਂ ਟੀਮਾਂ ਹੁਣ ਇੱਧਰ ਇੱਕ ਤੇ ਖੇਡਣਾ ਇੱਧਰ ਆਓ ਇੱਕ ਦੇ ਵਿੱਚ ਮੈਲ ਗੁਰਦ ਵਾਲੇ ਆਓ ਭਾਈ ਯਾਰ ਜੋਧਪੁਰੀ ਮੁੰਡੇ ਆ ਗਏ ਆ ਮੈਲ ਗੁਰ ਦੀ ਟੀਮ ਨੂੰ ਮੇਰੀ ਬੇਨਤੀ ਹੈ ਮੁੰਡੇ ਇੱਕ ਨੰਬਰ ਗਰਾਊਂਡ ਦੇ ਵਿੱਚ ਆਉਣ ਦੇਖੋ ਮੈਂ ਤਾਂ ਕਹਿ ਦਿੱਤਾ ਵੀਰੇ ਭਾਈ ਜੀ ਮੈਲ ਗੁਰ ਦੀ ਟੀਮ ਆਵੇ ਜੀ ਗਰਾਊਂਡ ਨੰਬਰ 1 ਦੇ ਵਿੱਚ ਮੇਰੀ ਬੇਨਤੀ ਹੈ ਭਰਾ ਸਾਡੇ ਨੂੰ ਔਰ ਇੱਧਰ ਵੀਰ ਜਿਹੜੇ ਸਾਡੇ ਤਕੜਾ ਪ੍ਰਦਰਸ਼ਨ ਕਰਦੇ ਆ ਉੱਧਰ ਲੱਕੀ ਸਾਡਾ ਵੀਰ ਆ ਤੇ ਉਹ ਭਰਾ ਕਹਿੰਦਾ ਵੀ ਜੇ ਮੁੰਡੇ ਰਾਜਸਰ ਵਾਲੇ ਜਿੰਦੇ ਬਾਈ ਰਾਜਸਰ ਵਾਲੇ ਜਿੰਦੇ ਨਾ ਹਾਂ ਇੱਧਰ ਲੱਕੀ ਸਾਡਾ ਵੀਰ ਕਹਿੰਦਾ ਜੇ ਮੁੰਡੇ ਰਾਜਸਰ ਵਾਲੇ ਜਿੰਦੇ ਤੇ ਆਪਾਂ 1100 ਦੇ ਦਿਆਂਗੇ ਸ਼ੁਕਰੀਆ ਜੀ ਮਿਹਰਬਾਨੀ ਹੈ ਔਰ ਇੱਧਰ ਨੰਬਰ ਜਿਹੜਾ ਲਾਸਟ ਆ ਮੇਰੇ ਮਿੱਤਰੋ ਉਹਨਾਂ ਨੇ ਵੀ ਗੁਰੂ ਲੱਗਦਾ ਵੀ ਜਿਹੜੇ ਸਾਰੇ ਧਿਆਲੇ ਆ ਬਾਈ ਜੀ ਮਹਿਲ ਖੁਰ ਦੀ ਟੀਮ ਆਵੇ ਜੀ ਮਹਿਲ ਖੁਰਦ ਵਾਲੇ ਮੁੰਡੇ ਹਾਂ ਇੱਧਰ ਆਓ ਜੀ ਇੱਕ ਨੰਬਰ ਗਰਾਊਂਡ ਦੇ ਵਿੱਚ ਓਕੇ ਜੀ ਓਕੇ ਬਹੁਤ ਬਹੁਤ ਧੰਨਵਾਦ ਮੈਂ ਤੇ ਕਰਦਾ ਖਾਤੇ ਬੋਲ ਕੈਸ਼ ਲੈ ਕੈਸ਼ ਕਿਰਾ ਭਾਈ ਆ ਫੜੀ ਕੈਸ਼ ਲੈ ਕੈਸ਼ ਕਿਰਾ ਭਾਈ ਆ ਫੜੀ ਕੈਸ਼ ਲੈ ਕੈਸ਼ ਆਲੇ ਖਾਤੇ ਬੋਲ ਕੈਸ਼ ਲੈ